ਸ਼੍ਰੀ ਨਾਨਕ ਪਰਸ਼ੋਤਮੰ ਪਰਵ ਪਰਾਵਰਨਾਥੋ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥੋ। ਵਾਹਿਗੁਰੂ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ ਸੁਖਾਉ ਠਲ ਗੁਰ ਸੇਵੀਐ ਆਨਸ ਸਹਿਜ ਸੁਭਾ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਏ। ਚੌਪਈ ਕਹਿਤ ਕੌਲ ਮਮ ਉਰ ਸੰਦੇਹੂ ਵਿਪਰੈ ਪਠੀ ਆਪ ਤੁਕ ਏਹੂ। ਸ਼੍ਰੀ ਨਾਨਕ ਕੋ ਬਾਕ ਅਮੇਟ ਕੋਈ ਨ ਮੂਰਹਿ ਮਹਾਂਸਹੇਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਜੋ ਸੋਢੀ ਕੌਲ ਹੈ ਉਸ ਦੇ ਨਗਰ ਦੇ ਵਿੱਚ ਬਰਾਜੇ ਹੋਏ। ਢਿਲਵਾਂ ਨਾਮ ਦਾ ਉਹ ਪਿੰਡ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗਲੇ ਜੋ ਨੀਲੇ ਬਸਤਰ ਪਹਿਨੇ ਨੇ ਉਹਨਾਂ ਬਸਤਰਾਂ ਨੂੰ ਉਤਾਰਿਆ ਗਲ ਦੇ ਵਿੱਚੋਂ ਅਤੇ ਉਹਨਾਂ ਦੀਆਂ ਛੋਟੇ ਛੋਟੇ ਟੁਕੜੇ ਕਰਕੇ ਲੀਰਾਂ ਕਰਕੇ ਮਹਾਰਾਜ ਉਸਨੂੰ ਅੱਗ ਦੇ ਵਿੱਚ ਸੁੱਟਦੇ ਪਏ ਅਤੇ ਨਾਲ ਹੀ ਬਚਨ ਆਖਿਆ ਮੂੰਹੋਂ। ਸਤਿਗੁਰੂ ਕਹਿਣ ਲੱਗੇ ਭਾਈ ਬਚਨ ਇਹ ਹੈ ਨੀਲ ਬਸਤਰ ਲੈ ਕੱਪੜੇ ਫਾਰੇ ਤੁਰਕ ਪਠਾਨੀ ਅਮੁੱਲ ਗਿਆ। ਇਹ ਜਦੋਂ ਬਚਨ ਆਖੇ ਤਾਂ ਉਸ ਵੇਲੇ ਸੋਢੀ ਕੌਲ ਬੈਠਾ ਕੋਲ ਇਸਨੇ ਸੁਣਿਆ ਬਚਨ ਵੀ ਇਹ ਮਹਾਰਾਜ ਨੇ ਅਤੇ ਗੁਰਬਾਣੀ ਦੀ ਪੰਕਤੀ ਬਦਲ ਦਿੱਤੀ ਹੈ। ਇਹ ਹੁਣ ਸਵਾਲ ਕਰਨ ਲੱਗਾ ਮਹਾਰਾਜ ਨੂੰ ਸਤਿਗੁਰੂ ਬਾਣੀ ਕਿਉਂ ਬਦਲੀ ਹੈ, ਸਤਿਗੁਰੂ ਕੀ ਉੱਤਰ ਦੇਣਗੇ, ਆਪਾਂ ਅੱਜ ਸਰਵਣ ਕਰਾਂਗੇ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਕਹਿਤ ਕੌਲ ਮਮ ਉਰ ਸੰਦੇਹੂ ਜਿਹੜਾ ਕੌਲ ਸੋਢੀ ਹੈ ਨਾ ਰਿਸ਼ਤੇਦਾਰੀ ਵਿੱਚ ਮਹਾਰਾਜ ਜੀ ਦਾ ਭਰਾ ਹੀ ਲੱਗਦਾ ਕਿਉਂਕਿ ਪ੍ਰਿਥੀ ਚੰਦ ਜੋ ਹੈ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਭਰਾ ਹੈ ਅਤੇ ਗੁਰੂ ਹਰਗੋਬਿੰਦ ਮਹਾਰਾਜ ਦੇ ਪੋਤਰੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਤੇ ਪ੍ਰਿਥੀ ਚੰਦ ਦਾ ਪੋਤਰਾ ਹੈ ਇਹ ਕੌਲ ਸੋਢੀ।
ਇਸ ਤਰ੍ਹਾਂ ਇਹ ਸ਼ਰੀਕੇ ਵਿੱਚੋਂ ਭਰਾ ਹੀ ਲੱਗਦੇ ਨੇ ਅਤੇ ਉਸਨੇ ਆਖਿਆ ਕਹਿੰਦਾ ਮਹਾਰਾਜ ਵੀ ਮੇਰੇ ਮਨ ਵਿੱਚ ਇੱਕ ਸ਼ੰਕਾ ਪੈਦਾ ਹੋ ਗਿਆ। ਜਿਹੜਾ ਸ਼ੰਕਾ ਹੈ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਵਿਪਰੈ ਪਠੀ ਆਪ ਤੁਕ ਇਹੋ। ਪਰ ਬੇਨਤੀ ਇਹ ਹੈ ਵੀ ਤੁਸੀਂ ਮੈਨੂੰ ਮਾਫ਼ ਕਰ ਦਿਓ ਵੀ ਜੇ ਮੈਂ ਤੁਹਾਨੂੰ ਪੁੱਛਾਂ ਕੋਈ ਗੱਲ ਸਾਂਝੀ ਕਰਾਂ, ਜਿਵੇਂ ਤੁਸੀਂ ਪਹਿਲਾਂ ਕਹਿ ਦਿੱਤਾ ਵੀ ਤੇਰਾ ਪਹਿਲਾਂ ਪੇਟ ਪਾੜਾਂਗੇ ਅਤੇ ਫਿਰ ਕਪੂਰੇ ਦੀਆਂ ਜੜ੍ਹਾਂ ਵੱਢਾਂਗੇ, ਐਸਾ ਨਾ ਕੋਈ ਬਚਨ ਕਰਨਾ। ਕਿਰਪਾ ਕਰਕੇ ਮੇਰੀ ਬੇਨਤੀ ਸੁਣੋ ਅਤੇ ਮੇਰਾ ਸ਼ੰਕਾ ਦੂਰ ਕਰ ਦਿਓ, ਪਰ ਕੋਈ ਨਾਰਾਜ਼ਗੀ ਵਾਲਾ ਬਚਨ ਨਾ ਕਰਿਓ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨਹੀਂ, ਕੋਈ ਨਾਰਾਜ਼ਗੀ ਵਾਲਾ ਬਚਨ ਨਹੀਂ, ਦੱਸ ਤੇਰੇ ਮਨ ਵਿੱਚ ਕੀ ਸ਼ੰਕਾ ਹੈ, ਕੀ ਸ਼ੱਕ ਪੈਦਾ ਹੋਇਆ। ਕਹਿੰਦਾ ਪਾਤਸ਼ਾਹ ਸ਼ੱਕ ਇਹ ਪੈਦਾ ਹੋਇਆ, ਤੁਸੀਂ ਦੋ ਪੰਕਤੀਆਂ ਪੜ੍ਹੀਆਂ ਗੁਰਬਾਣੀ ਦੀਆਂ, ਦੋਨੇ ਹੀ ਵੱਖਰੀਆਂ ਪੜ੍ਹੀਆਂ। ਗੁਰੂ ਨਾਨਕ ਸਾਹਿਬ ਨੇ ਆਖਿਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਨੀ ਅਮੁੱਲ ਕੀਆ, ਤੇ ਤੁਸੀਂ ਆਖਦੇ ਹੋ ਵੀ ਕੱਪੜੇ ਫਾਰੇ ਤੁਰਕ ਪਠਾਨੀ ਅਮੁੱਲ ਗਿਆ, ਤੁਸੀਂ ਇਹ ਦੋ ਪੰਕਤੀਆਂ ਬਦਲੀਆਂ, ਮਹਾਰਾਜ ਕਿਉਂ ਬਦਲੀਆਂ ਹਨ? ਸ਼੍ਰੀ ਨਾਨਕ ਕੋ ਬਾਕ ਅਮੇਟ। ਗੁਰੂ ਨਾਨਕ ਸਾਹਿਬ ਦੇ ਬਚਨ ਅਮੇਟ ਨੇ, ਮੇਟ ਕੋਈ ਨਹੀਂ ਸਕਦਾ, ਐਸੇ ਬਚਨ ਨੇ ਗੁਰੂ ਨਾਨਕ ਸਾਹਿਬ ਦੇ ਵੀ ਜਿਹੜੇ ਕਿਸੇ ਕੋਲੋਂ ਮੇਟੇ ਨਹੀਂ ਜਾਂਦੇ ਹਨ। ਕੋਈ ਨਾ ਮੋੜ ਮਹਾ ਸਹੇਟ, ਕੋਈ ਵੀ ਮੋੜ ਨਹੀਂ ਸਕਦਾ ਮਹਾਰਾਜ ਦੇ ਬਚਨ। ਦੁਨੀਆਂ ਵਿੱਚ ਐਸੀ ਕੋਈ ਤਾਕਤ ਨਹੀਂ ਹੈ ਵੀ ਜੋ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਮੇਟ ਨਾ ਕਰੇ। ਵਿਪਰੈ ਪਠੇ ਚਾਰੋਂ ਵਰਣ, ਇਹ ਚਾਰ ਅੱਖਰ ਆਪ ਜੀ ਨੇ ਉਲਟੇ ਪੜ੍ਹੇ ਨੇ। ਸਤਿਗੁਰੂ ਨੇ ਆਖਿਆ ਅਮੁੱਲ ਕੀਆ, ਤੁਸੀਂ ਆਖਦੇ ਹੋ ਅਮਲ ਗਿਆ, ਉਹ ਕਹਿੰਦੇ ਕੱਪੜੇ ਪਹਿਰੇ, ਤੁਸੀਂ ਆਉਂਦੇ ਹੋ ਕੱਪੜੇ ਫਾਰੇ। ਇਹ ਚਾਰ ਬਚਨ ਤੁਸੀਂ ਉਲਟੇ ਆਪਣੇ ਮੁੱਖੋਂ ਆਖੇ ਹਨ। ਸ਼੍ਰੀ ਹਰਿ ਰਾਏ ਸੁਣੇ ਜਬ ਕਰਨ, ਗੁਰੂ ਹਰਿ ਰਾਏ ਪਾਤਸ਼ਾਹ ਨੇ ਜਦੋਂ ਇਹ ਬਚਨ ਉਲਟੇ ਪੜ੍ਹੇ ਹੋਏ ਸੁਣੇ ਹਨ। ਰਾਮ ਰਾਏ ਕੋ ਤਿਆਗੋ ਐਸੇ, ਉਸ ਵੇਲੇ ਰਾਮ ਰਾਏ ਨੂੰ ਛੱਡ ਦਿੱਤਾ ਸੀ ਮਹਾਰਾਜ ਨੇ। ਰਾਮ ਰਾਏ ਜਦੋਂ ਦਿੱਲੀ ਵਿੱਚ ਗਏ ਸਨ, ਔਰੰਗਜ਼ੇਬ ਬਾਦਸ਼ਾਹ ਦੇ ਵੱਲੋਂ 14,000 ਰੁਪਈਆ ਰੋਜ਼ਾਨਾ ਮਿਲਦਾ ਇਹਨਾਂ ਦੇ ਖਰਚੇ ਵਾਸਤੇ, ਅਤੇ ਉਸ ਵੇਲੇ ਰਾਮ ਰਾਏ ਨੂੰ ਆਖਿਆ ਸੀ ਔਰ ਔਰੰਗਜ਼ੇਬ ਅਤੇ ਉਹਦੇ ਕਾਜ਼ੀਆਂ ਮੁੱਲਿਆਂ ਨੇ ਕਿ ਗੁਰੂ ਨਾਨਕ ਸਾਹਿਬ ਨੇ ਆਖਿਆ ਮਿੱਟੀ ਮੁਸਲਮਾਨ ਕੀ ਪੇੜਾ ਭਈ ਘੁਮਿਆਰ, ਤੁਸੀਂ ਮੁਸਲਮਾਨ ਦੀ ਮਿੱਟੀ ਨੂੰ ਕਿਉਂ ਇਹ ਕਿਹਾ ਹੈ? ਰਾਮ ਰਾਏ ਕਹਿਣ ਲੱਗਾ ਤੁਹਾਡੇ ਕੋਲ ਖਬਰ ਗਲਤ ਆ ਗਈ ਹੈ, ਮਿੱਟੀ ਮੁਸਲਮਾਨ ਕੀ ਨਹੀਂ, ਮਿੱਟੀ ਬੇਈਮਾਨ ਕੀ ਆਖਿਆ, ਲਿਖਤੀ ਨਹੀਂ ਬਦਲਿਆ, ਜ਼ੁਬਾਨੀ ਬਦਲਿਆ। ਅਤੇ ਗੁਰੂ ਹਰਿ ਰਾਏ ਪਾਤਸ਼ਾਹ ਨੂੰ ਪਤਾ ਲੱਗਾ ਵੀ ਸਾਡੇ ਪੁੱਤਰ ਨੇ ਗੁਰਬਾਣੀ ਬਦਲ ਦਿੱਤੀ ਹੈ। ਮਹਾਰਾਜ ਕਹਿੰਦੇ ਪੁੱਤਰ ਨੂੰ ਤਿਆਗਿਆ, ਮਨ ਤੋਂ ਵੀ ਤਿਆਗਿਆ, ਤਨ ਤੋਂ ਵੀ ਤਿਆਗਿਆ। ਇਹ ਉਹਨਾਂ ਕੋਲ ਸੋਢੀ ਉਹ ਬਚਨ ਚੇਤੇ ਕਰਾਉਂਦਾ, ਕਹਿੰਦਾ ਮਹਾਰਾਜ ਵੇਖੋ ਰਾਮ ਰਾਏ ਨੇ ਵੀ ਪੰਕਤੀ ਤੁਹਾਡੇ ਵਾਂਗੂ ਬਦਲੀ, ਤੁਸੀਂ ਵੀ ਬਦਲੀ ਹੈ ਅਤੇ ਉਹਨੇ ਵੀ ਬਦਲੀ ਹੈ, ਪਰ ਉਹਨੂੰ ਸਜ਼ਾ ਇਹ ਮਿਲੀ ਵੀ ਉਹ ਗੁਰਤਾ ਗੱਦੀ 'ਤੇ ਨਹੀਂ ਬੈਠ ਸਕਿਆ, ਗੁਰੂ ਤੋਂ ਖਾਰਜ ਹੀ ਹੋ ਗਿਆ, ਫਿਰ ਤੁਸੀਂ ਇਹ ਕੰਮ ਕਿਉਂ ਕੀਤਾ ਹੈ? ਨਿਜ ਮੁਖ ਲਗਨ ਅਧੀਨਸ ਕੈਸੇ। ਗੁਰੂ ਹਰਿ ਰਾਏ ਪਾਤਸ਼ਾਹ ਨੇ ਫਿਰ ਰਾਮ ਰਾਏ ਨੂੰ ਆਪਣੇ ਮੂੰਹ ਨਹੀਂ ਲਾਇਆ, ਕਦੇ ਮੱਥੇ ਨਹੀਂ ਲਾਇਆ, ਸਦਾ ਵਾਸਤੇ ਪੁੱਤਰ ਨੂੰ ਤਿਆਗ ਦਿੱਤਾ ਹੈ। ਨਹੀਂ ਬੈਠਾ ਇਸ ਗੁਰਤਾ ਗੱਦੀ, ਨਾ ਹੀ ਗੁਰਤਾ ਗੱਦੀ 'ਤੇ ਬਿਠਾਇਆ ਹੈ। ਗੁਰਤਾ ਗੱਦੀ ਜਿਹੜੀ ਗੁਰੂ ਨਾਨਕ ਸਾਹਿਬ ਦੀ ਹੈ ਨਾ, ਹੋ ਸਕਦਾ ਵੀ ਰਾਮ ਰਾਏ ਬੈਠਦਾ? ਚਲੋ ਇਹ ਤਾਂ ਧੁਰ ਤੋਂ ਲਿਖੀਆਂ ਵਸਤੂਆਂ ਨੇ, ਐਵੇਂ ਆਪਾਂ ਇਹ ਤਾਂ ਇੱਕ ਸਿੱਖਿਆਦਾਇਕ ਸਾਖੀ ਹੈ। ਮਹਾਰਾਜ ਨੇ ਸਾਨੂੰ ਸਮਝਾਉਣਾ ਸੀਗਾ ਵੀ ਗੁਰਬਾਣੀ ਨਾ ਕੋਈ ਬਦਲੇ, ਜੇ ਕੋਈ ਬਦਲੇਗਾ ਤਾਂ ਮਾਫ਼ੀ ਪੁੱਤਰ ਨੂੰ ਵੀ ਨਹੀਂ ਹੈ। ਪਰ ਚਲੋ ਇਹ ਇੱਕ ਬਹਾਨਾ ਬਣਿਆ ਅਤੇ ਰਾਮ ਰਾਏ ਨੂੰ ਗੁਰਤਾ ਗੱਦੀ ਤਾਂ ਵੈਸੇ ਹੀ ਨਹੀਂ ਮਿਲਣੀ, ਕਿਉਂਕਿ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਤਾਂ ਧੁਰ ਤੋਂ ਹੀ ਗੁਰੂ ਆਏ ਨੇ, ਧੁਰ ਦੀਆਂ ਦਾਤਾਂ ਨੇ, ਦੁਨੀਆਂ ਵਿੱਚ ਆ ਕੇ ਨਹੀਂ ਕੁਝ ਪ੍ਰਾਪਤ ਹੁੰਦਾ। ਇਹਦੇ ਵਿੱਚ ਦੋ ਉਦਾਹਰਨਾਂ ਨੇ ਸਮਝਣ ਵਾਸਤੇ। ਗੁਰੂ ਅਮਰਦਾਸ ਪਾਤਸ਼ਾਹ ਦੇ ਪੈਰਾਂ ਦੇ ਵਿੱਚ ਪਦਮ ਦਾ ਨਿਸ਼ਾਨ ਵੇਖ ਕੇ ਆਖਿਆ ਸੀ ਬ੍ਰਾਹਮਣ ਨੇ, ਮਹਾਰਾਜ ਜਾਂ ਚੱਕਰਵਰਤੀ ਬਾਦਸ਼ਾਹ ਹੋ ਅਤੇ ਜਾਂ ਤੁਸੀਂ ਕੋਈ ਅਵਤਾਰ ਹੋ। ਅਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਹਾ ਨਾ ਹੀ ਅਸੀਂ ਬਾਦਸ਼ਾਹ ਅਤੇ ਨਾ ਹੀ ਅਸੀਂ ਅਵਤਾਰ ਹਾਂ।
ਤੇ ਫਿਰ ਉਸ ਵਿਦਵਾਨ ਪੰਡਿਤ ਨੇ ਆਖਿਆ ਸੀ ਜੇ ਨਹੀਂ ਤੇ ਫਿਰ ਬਣ ਜਾਓਗੇ। ਤੇ ਫਿਰ ਉਸੇ ਦਿਨ ਤੋਂ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਖਡੂਰ ਸਾਹਿਬ ਆ ਕੇ 12 ਸਾਲ ਸੇਵਾ ਕੀਤੀ, ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਉਦੋਂ ਗੁਰੂ ਨਹੀਂ ਜਦੋਂ ਪੰਡਿਤ ਮਿਲਿਆ ਹੈ, ਪਰ ਉਹਨੇ ਆਖਿਆ ਸੀ ਇਹ ਦਾਤ ਤੁਹਾਨੂੰ ਮਿਲਣੀ ਹੈ, ਤੁਸੀਂ ਧੁਰ ਤੋਂ ਹੀ ਗੁਰੂ ਹੋ। ਤੇ ਦੂਸਰੇ ਪਾਸੇ ਕਾਬਲ ਦਾ ਸਿੱਖ ਆਇਆ, ਗੁਰੂ ਹਰ ਰਾਏ ਪਾਤਸ਼ਾਹ ਨੂੰ ਆਖਦਾ ਤੁਹਾਡੇ ਦੋ ਪੁੱਤਰ ਨੇ ਮਹਾਰਾਜ, ਕੀ ਪਤਾ ਦੁਬਾਰਾ ਆਇਆ ਜਾਵੇ ਕਿ ਨਾ ਆਇਆ ਜਾਵੇ, ਕਿਹੜੇ ਪੁੱਤਰ ਨੇ ਗੁਰਤਾ ਗੱਦੀ ਤੇ ਬੈਠਣਾ ਮੈਨੂੰ ਦੱਸ ਦਿਓ। ਤੇ ਮਹਾਰਾਜ ਨੇ ਆਖਿਆ ਸੀ ਅੰਮ੍ਰਿਤ ਵੇਲੇ ਸਾਡੇ ਦੋਨੇ ਪੁੱਤਰ ਨਿਤਨੇਮ ਕਰਦੇ, ਤੂੰ ਹੱਥ ਵਿੱਚ ਸੂਈ ਲੈ ਕੇ ਜਾ, ਜਿਹੜੇ ਪੀੜੇ ਦੇ ਉੱਪਰ ਪੋਥੀ ਰੱਖ ਕੇ ਉਹ ਗੁਰਬਾਣੀ ਪੜ੍ਹਦੇ ਹੋਣਗੇ ਨਾ, ਉਸ ਪੀੜੇ ਦੇ ਵਿੱਚ ਸੂਈ ਚਬੋ ਦੇਵੀਂ, ਜੇ ਤੇ ਸੂਈ ਚੁਭ ਗਈ ਵਿੱਚ ਤਾਂ ਸਮਝ ਲਈ ਵੀ ਉਹ ਗੁਰੂ ਬਣੇ। ਰਾਮ ਰਾਏ ਦੇ ਪੀੜੇ ਦੇ ਵਿੱਚ ਸੂਈ ਜਦੋਂ ਚੁਭੋਈ ਤਾਂ ਚੁਭੀ ਨਹੀਂ, ਕਿਉਂਕਿ ਪੀੜਾ ਲੱਕੜ ਦਾ ਹੈ। ਜਦੋਂ ਸਿੱਖ ਜਾ ਕੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੇ ਪੀੜੇ ਨੂੰ ਸੂਈ ਚਬੋਣ ਲੱਗਾ ਤੇ ਲੱਕੜ ਦੇ ਪਾਵੇ ਦਾ ਪੀੜਾ ਮੋਮ ਦਾ ਬਣ ਗਿਆ ਉਸ ਵੇਲੇ, ਤੇ ਸੂਈ ਵਿੱਚ ਲੈ ਕੇ ਉਹਨੂੰ ਪਤਾ ਲੱਗ ਗਿਆ ਵੀ ਗੁਰਤਾ ਗੱਦੀ ਛੋਟੇ ਨੂੰ ਹੀ ਮਿਲਣੀ, ਵੱਡੇ ਨੂੰ ਨਹੀਂ ਮਿਲਣੀ। ਇਹ ਦਾਤਾਂ ਧੁਰ ਤੋਂ ਨੇ, ਸ਼ੁਰੂ ਦੀਆਂ ਨੇ, ਪਰ ਇਹ ਮਹਾਰਾਜ ਨੇ ਸਾਨੂੰ ਸਿੱਖਿਆ ਦੇਣੀ ਸੀ ਰਾਮ ਰਾਏ ਦੇ ਰਾਹੀਂ ਵੀ ਭਾਈ ਕੋਈ ਵੀ ਗੁਰਬਾਣੀ ਨਾਲ ਹੇਰ ਫੇਰ ਨਾ ਕਰੇ, ਜਿਹੜਾ ਵੀ ਕਰੇਗਾ ਭਾਵੇਂ ਗੁਰੂ ਪੁੱਤਰ ਵੀ ਹੋਵੇ ਉਹ ਬਖਸ਼ਿਆ ਨਹੀਂ ਜਾਏਗਾ। ਕੌਲ ਸੋਢੀ ਕਹਿੰਦਾ ਪਿਆ, ਕਹਿੰਦਾ ਜੀ ਰਾਮ ਰਾਏ ਨੇ ਬਾਣੀ ਬਦਲੀ ਤੇ ਗੁਰਤਾ ਗੱਦੀ ਤੇ ਨਹੀਂ ਬੈਠਾ ਹੈ। ਸ਼੍ਰੀ ਹਰਕ੍ਰਿਸ਼ਨ ਭਏ ਅਹਿਲਾ ਦੀ, ਗੁਰੂ ਹਰਕ੍ਰਿਸ਼ਨ ਪਾਤਸ਼ਾਹ ਗੁਰਤਾ ਗੱਦੀ ਤੇ ਬੈਠ ਕੇ ਆਨੰਦ ਦੇ ਸਹਿਤ ਹੋਏ ਹਨ। ਤੁਮਨੇ ਸਗਰੀ ਤੁਕ ਉਲਟਾਈ, ਮਹਾਰਾਜ ਤੁਸੀਂ ਤੇ ਸਾਰੀ ਬਾਣੀ ਬਦਲ ਦਿੱਤੀ ਹੈ, ਉਹਨੇ ਤੇ ਇੱਕੋ ਸ਼ਬਦ ਬਦਲਿਆ, ਤੁਸੀਂ ਪੂਰੀਆਂ ਦੋ ਪੰਕਤੀਆਂ ਬਦਲੀਆਂ, ਪਾਤਸ਼ਾਹ ਕਿਉਂ ਕੀਤਾ ਹੈ? ਇਮ ਅਨੁਚਿਤ ਹਮ ਸਹਿ ਨਾ ਸਕਾਈ, ਗੁਰੂ ਇਹ ਗੱਲ ਸਹਾਰਨ ਯੋਗ ਨਹੀਂ ਹੈ, ਗੱਲ ਸਾਨੂੰ ਠੀਕ ਨਹੀਂ ਲੱਗੀ ਵੀ ਆਪਨੇ ਐਸਾ ਕਿਉਂ ਕੀਤਾ ਹੈ। ਸੁਣ ਕਰ ਕਿਰਪਾ ਨਿਧਾਨ ਬਖਾਨਾ, ਕਿਰਪਾ ਦੇ ਖਜ਼ਾਨੇ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੌਲ ਸੋਢੀ ਦਾ ਸੁਣਿਆ ਭਜਨ, ਰਿਸ਼ਤੇਦਾਰੀ ਵਿੱਚ ਗੁਰਮੁਖੋ ਭਰਾ ਹੀ ਲੱਗਦਾ ਮਹਾਰਾਜ ਜੀ ਦਾ, ਤੇ ਉਸ ਵੇਲੇ ਸੁਣ ਕੇ ਉਹਦੇ ਬਚਨ ਨਾ ਗੱਲਾਂ, ਤੇ ਫਿਰ ਮਹਾਰਾਜ ਉੱਤਰ ਦਿੰਦੇ ਹਨ। ਰਾਮ ਰਾਏ ਕਹਿਬੋ ਜਗ ਜਾਨਾ, ਕਹਿਣ ਲੱਗੇ ਕੌਲ ਸੋਢੀ ਇਹ ਗੱਲ ਬਿਲਕੁਲ ਠੀਕ ਹੈ ਵੀ ਰਾਮ ਰਾਏ ਨੇ ਪੰਕਤੀ ਬਦਲੀ ਹੈ, ਸਾਰੀ ਦੁਨੀਆਂ ਨੂੰ ਇਸ ਗੱਲ ਦਾ ਪਤਾ, ਪਰ ਗੱਲ ਇਹ ਹੈ ਉਹਨੇ ਪੰਕਤੀ ਕਿਉਂ ਬਦਲੀ ਹੈ, ਉਹਦਾ ਕਾਰਨ ਹੋਰ ਹੈ, ਅਸੀਂ ਪੰਕਤੀ ਕਿਉਂ ਬਦਲੀ ਹੈ ਇਹਦਾ ਕਾਰਨ ਹੋਰ ਹੈ, ਉਹ ਦੱਸਦੇ ਪਏ ਹਨ। ਕਰਨ ਤੁਰਕੜੇ ਹੇਤ ਖੁਸ਼ਾਮਦ, ਰਾਮ ਰਾਏ ਨੇ ਪੰਕਤੀ ਤਾਂ ਬਦਲੀ ਹੈ, ਗੁਰੂ ਕੀ ਸੰਗਤ ਬਚਨ ਧਿਆਨ ਵਿੱਚ ਰੱਖਿਓ, ਰਾਮ ਰਾਏ ਨੇ ਪੰਕਤੀ ਤਾਂ ਬਦਲੀ ਹੈ ਔਰੰਗਜ਼ੇਬ ਨੂੰ ਖੁਸ਼ ਕਰਨ ਵਾਸਤੇ, ਖੁਸ਼ਾਮਦੀ ਕੀਤੀ ਉਹਨੇ, ਪੰਜਾਬੀ 'ਚ ਆਪਾਂ ਕਹਿ ਦਈਏ ਚਾਪਲੂਸੀ ਕੀਤੀ ਹੈ, ਸਿੱਧਾ ਕਹਿ ਦਈਏ ਵੀ ਚਮਚਾਗਿਰੀ ਕੀਤੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਰਾਮ ਰਾਏ ਨੇ ਜੇ ਪੰਕਤੀ ਬਦਲੀ ਹੈ ਨਾ ਤਾਂ ਔਰੰਗਜ਼ੇਬ ਦੀ ਚਾਪਲੂਸੀ ਵਾਸਤੇ ਬਦਲੀ ਹੈ, ਵੀ ਇਹਦੇ ਨਾਲ ਮੇਰਾ ਰਿਸ਼ਤਾ ਬਣਿਆ ਰਹੇ, ਵਿਗੜੇ ਨਾ ਮੇਰੀ, ਉਹਨੇ ਤਾਂ ਪਾਣੀ ਦੀ ਪੰਕਤੀ ਨੂੰ ਬਦਲਿਆ ਹੈ। ਹਰ ਖਾਵਨ ਜਿਸ ਤੇ ਬਹੁ ਆਮਦ, ਇਸ ਕਰਕੇ ਔਰੰਗਜ਼ੇਬ ਖੁਸ਼ ਰਹੇ ਤੇ 14,000 ਰੁਪਇਆ ਰੋਜ਼ਾਨਾ ਮੈਨੂੰ ਮਿਲਦਾ। ਔਰੰਗਜ਼ੇਬ ਨੇ ਬੜੀਆਂ ਸ਼ਕਤੀਆਂ ਵੇਖੀਆਂ ਰਾਮ ਰਾਏ ਜੀ ਦੇ ਕੋਲੋਂ, ਅਤੇ ਉਸ ਵੇਲੇ ਸ਼ਕਤੀ ਵੇਖ ਕੇ ਖੁਸ਼ ਹੋ ਗਿਆ ਅਤੇ ਕਹਿਣ ਲੱਗਾ ਆਪਣੇ ਮੇਰੇ ਖਜ਼ਾਨੇ ਵਿੱਚ ਰੋਜ਼ ਤੁਹਾਨੂੰ 14,000 ਰੁਪਇਆ ਮਿਲਿਆ ਕਰੇਗਾ, ਤੁਸੀਂ ਆਪਣਾ ਖੁੱਲ੍ਹਾ ਖਰਚਾ ਪਾਣੀ ਕਰੋ ਅਤੇ ਆਨੰਦ ਲਓ। ਹੁਣ ਰਾਮ ਰਾਏ ਦੇ ਮਨ ਵਿੱਚ ਇਹ ਗੱਲ ਆ ਗਈ ਵੀ ਜੇ ਔਰੰਗਜ਼ੇਬ ਨਾਲ ਮੇਰੀ ਵਿਗੜ ਗਈ ਇਹ ਮੇਰੇ ਪੈਸੇ ਬੰਦ ਹੋ ਜਾਣ, ਅਤੇ ਔਰੰਗਜ਼ੇਬ ਨਾਲ ਮੇਰੀ ਮਿੱਤਰਤਾ ਹੀ ਹੈ, ਸਾਰੇ ਦੇਸ਼ 'ਤੇ ਮੇਰਾ ਵੀ ਹੁਕਮ ਚੱਲਦਾ, ਮੈਂ ਜੋ ਚਾਹਵਾਂ ਕਰਾ ਸਕਦਾ, ਦੁਨੀਆ ਡਰਦੀ ਹੈ, ਪਰ ਜੇ ਅੱਜ ਮੈਂ ਸੱਚ ਬੋਲ ਦਿੱਤਾ ਵੀ ਇਹ ਮਿੱਟੀ ਵਾਕਿਆ ਹੀ ਮੁਸਲਮਾਨ ਕੀ ਹੈ ਅਤੇ 14,000 ਵੀ ਬੰਦ ਹੋ ਜਾਣਾ, ਔਰ ਜਿਹੜੀ ਮੇਰੀ ਮਿੱਤਰਤਾ ਹੀ ਬਣੀ ਇਹ ਵੀ ਰਹਿ ਜਾਣੀ। ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਬਚਨ ਕਰਦੇ ਪਏ, ਕਹਿੰਦੇ ਬਚਨ ਇਹ ਹੈ ਕੌਲ ਸੋਢੀ
ਰਾਮ ਰਾਏ ਨੇ ਬਾਣੀ ਦੀ ਪੰਕਤੀ ਬਦਲੀ ਹੈ ਖੁਸ਼ਾਮਦੀ ਵਾਸਤੇ, ਕਿਸੇ ਨੂੰ ਖੁਸ਼ ਕਰਨ ਵਾਸਤੇ ਬਾਣੀ ਬਦਲੀ ਹੈ। ਸਤਿਗੁਰ ਸੁਣ ਕਰ ਕਿਰਪਾ ਨਿਧਾਨ ਬਖਾਨਾ, ਸਤਿਗੁਰ ਕੀ ਤੁਕ ਤਿੰਨ ਉਲਟਾਈ। ਇਸ ਕਰਕੇ ਉਹਨਾਂ ਨੇ ਗੁਰੂ ਦੀ ਬਾਣੀ ਦੀ ਪੰਕਤੀ ਨੂੰ ਬਦਲਿਆ ਹੈ। ਕਿਉਂ ਬਦਲਿਆ? ਇਹ ਆਪਾਂ ਸੁਣ ਲਿਆ ਵੀ ਖੁਸ਼ਾਮਦ ਵਾਸਤੇ ਉਹਨੇ ਬਦਲਿਆ ਹੈ। ਭਈ ਸਜ਼ਾ ਇਹਨਾਂ ਗੁਰਤਾ ਪਾਈ। ਫਿਰ ਸਜ਼ਾ ਕੀ ਮਿਲੀ? ਗੁਰਤਾ ਗੱਦੀ ਨਹੀਂ ਮਿਲੀ। ਗੁਰੂ ਹਰਿ ਰਾਏ ਪਾਤਸ਼ਾਹ ਨੇ ਆਖਿਆ ਸੀ ਗੁਰਤਾ ਗੱਦੀ ਦੇਣ ਦੀ ਗੱਲ ਦੂਰ ਦੀ ਹੈ, ਅਸੀਂ ਰਾਮ ਰਾਏ ਨੂੰ ਸਰੀਰ ਕਰਕੇ ਵੀ ਆਪਣੇ ਨਾਲ ਨਹੀਂ ਮਿਲਾਂਗੇ। ਹੁਣ ਸਰੀਰ ਕਰਕੇ ਮਿਲਣਾ ਵੀ ਗੱਲ ਦੂਰ ਦੀ ਹੈ, ਅਸੀਂ ਰਾਮ ਰਾਏ ਦਾ ਕਦੇ ਚੇਤਾ ਆਪਣੇ ਮਨ ਵਿੱਚ ਵੀ ਨਹੀਂ ਲਿਆਵਾਂਗੇ। ਕਈ ਵਾਰੀ ਸਾਡੇ ਕੋਲੋਂ ਕੋਈ ਵਿਛੜ ਕੇ ਦੂਰ ਚਲੇ ਜਾਵੇ ਨਾ, ਅਸੀਂ ਨਾਰਾਜ਼ਗੀ ਸਰੀਰ ਕਰਕੇ ਦੂਰ ਚਲੇ ਗਿਆ ਪਰ ਮਨ ਵਿੱਚ ਕਦੇ ਕਦੇ ਚੇਤੇ ਆਉਂਦਾ। ਗੁਰੂ ਹਰਿ ਰਾਏ ਪਾਤਸ਼ਾਹ ਨੇ ਆਖਿਆ ਸੀ ਅਸੀਂ ਮਨ ਵਿੱਚ ਵੀ ਨਹੀਂ ਚੇਤੇ ਕਰਾਂਗੇ, ਜਿੱਧਰ ਨੂੰ ਜਾਂਦਾ ਚਲੇ ਜਾਵੇ। ਉਹ ਪਾਤਸ਼ਾਹ ਕਹਿੰਦੇ ਵੀ ਇਸ ਨੇ ਗੁਰਬਾਣੀ ਦੀ ਪੰਕਤੀ ਬਦਲੀ ਰਾਮ ਰਾਏ ਨੇ, ਤਾਂ ਗੁਰਤਾ ਗੱਦੀ ਤੋਂ ਵੀ ਵਾਂਝਾ ਰਹਿ ਗਿਆ ਹੈ। ਹਮ ਤੋ ਇਸ ਤੁਕ ਹਿਤ ਉਲਟਾ ਬਨ। ਪਰ ਜੇ ਅਸੀਂ ਬਾਣੀ ਬਦਲੀਏ, ਤੇਰਾ ਬਚਨ ਬਿਲਕੁਲ ਠੀਕ ਹੈ ਵੀ ਅਸੀਂ ਗੁਰਬਾਣੀ ਦੀ ਪੰਕਤੀ ਬਦਲੀ ਹੈ। ਸਕਲ ਸਮੱਗਰੀ ਕੀਨ ਲੋਟਾ ਬਨ। ਕੌਲ ਸੋਢੀ, ਬਾਣੀ ਦੀ ਪੰਕਤੀ ਬਦਲੀ ਜ਼ਰੂਰ ਹੈ, ਇਹਦਾ ਕਾਰਨ ਇਹ ਹੈ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ਾਂ ਕੀਤੀਆਂ ਸਨ ਜਦੋਂ ਬਾਬਰ ਬਾਦਸ਼ਾਹ ਆਇਆ ਸ਼ਰਨ ਦੇ ਵਿੱਚ, ਅਤੇ ਮਹਾਰਾਜ ਨੇ ਆਖਿਆ ਸੀਗਾ ਉਸ ਵੇਲੇ ਗੁਰਬਾਣੀ ਆਸਾ ਦੀ ਵਾਰ ਆਪਾਂ ਪੜ੍ਹਦੇ ਹਾਂ ਅਤੇ ਉਹਦੇ ਵਿੱਚ ਆਖਿਆ ਸੀ ਪਾਤਸ਼ਾਹ ਦੀਆਂ ਨੇ ਵੀ ਇਹ ਜਿਹੜੇ ਤੁਰਕ ਨੇ ਮੁਗਲ ਨੇ ਇਹਨਾਂ ਦਾ ਰਾਜ ਭਾਗ, ਇਹਨਾਂ ਦਾ ਪ੍ਰਬੰਧ, ਇਹਨਾਂ ਦੀ ਤਾਕਤ ਮਹਾਰਾਜ ਨੂੰ ਉਸ ਵੇਲੇ ਬਖਸ਼ਿਆ। ਸੋ ਤੁਰਕ ਪਠਾਣੀ ਅਮੁੱਲ ਕੀਆ, ਉਹ ਬਚਨ ਉਹਨਾਂ ਨੇ ਆਖੇ। ਪਰ ਹੁਣ ਇਹਨਾਂ ਨੇ ਅੱਤਿਆਚਾਰ ਹੀ ਇੰਨਾ ਕੀਤਾ ਅਤੇ ਗੁਰੂ ਪਾਤਸ਼ਾਹ ਦੇ ਉਹ ਬਚਨ ਅਸੀਂ ਵਾਪਸ ਲੈਂਦੇ ਪਏ ਹਾਂ ਵੀ ਉਹ ਸਾਰੀਆਂ ਸ਼ਕਤੀਆਂ ਰਾਜ ਦਾ ਤੇਜ ਪ੍ਰਤਾਪ ਹੁਣ ਅਸੀਂ ਵਾਪਸ ਲੈਣਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਨਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਇਹ ਗੁਰੂ ਨਾਨਕ ਸਾਹਿਬ ਨੇ ਲਾਹੌਰੀਆਂ ਨੂੰ ਸ਼ਰਾਫ ਹੀ ਦੇ ਦਿੱਤਾ। ਅੰਮ੍ਰਿਤ ਵੇਲੇ ਉੱਠ ਕੇ ਜਦੋਂ ਲੋਕ ਰੱਬ ਦਾ ਨਾਂ ਲੈਂਦੇ ਉਦੋਂ ਜੀਵ ਹੱਤਿਆ ਕਰਦੇ, ਹੱਥ ਵਿੱਚ ਕੁਹਾੜੀਆਂ ਲੈ ਕੇ ਨਾ ਅਤੇ ਜੀਵਾਂ ਨੂੰ ਮਾਰਦੇ। ਤੜਕੇ 3 ਵਜੇ ਸ਼ੁਰੂ ਹੋ ਜਾਂਦੇ, 2 ਵਜੇ ਸ਼ੁਰੂ ਹੋ ਜਾਂਦੇ ਕਿਉਂਕਿ ਸ਼ਹਿਰ ਵੱਡਾ, ਤੜਕੇ ਮਾਰਾਂਗੇ ਮੁੜ ਕੇ ਮੰਡੀਆਂ ਵਿੱਚ ਬਾਸ ਭੇਜਾਂਗੇ। ਜਦੋਂ ਸਤਿਗੁਰਾਂ ਨੂੰ ਪਤਾ ਲੱਗਾ ਵੀ ਇਹ ਲੋਕ ਗਊ ਵੱਧ ਕਰਦੇ ਪਏ ਵੀ ਜੀਵਾਂ ਨੂੰ ਐਵੇਂ ਵਿਚਾਰਿਆਂ ਬੇਜ਼ੁਬਾਨਿਆਂ ਨੂੰ ਤੜਕੇ ਹੀ ਲੱਗ ਪੈਂਦੇ ਮਾਰ, ਜਦੋਂ ਰੱਬ ਦਾ ਨਾਂ ਲੈਣਾ ਉਦੋਂ ਹਥਿਆਰੇ ਪਾਪ ਕਰਦੇ ਪਏ। ਮਹਾਰਾਜ ਕਹਿੰਦੇ ਲਾਹੌਰ ਵਾਲਿਓ ਇੱਥੇ ਜ਼ਹਿਰ ਕਹਿਰ ਹੀ ਵਰਤੇਗਾ, ਕਹਿਰ ਦਾ ਇੱਥੇ ਕਹਿਰ ਹੀ ਵਰਤਿਆ ਕਰੇਗਾ, ਬੜਾ ਭਾਰੀ। ਅਤੇ ਉਹ ਗੁਰੂ ਨਾਨਕ ਸਾਹਿਬ ਦੇ ਬਚਨ ਕਰਕੇ ਚਲੇ ਗਏ ਲਾਹੌਰ ਦੇ ਵਿੱਚ। ਤੜਕੇ 2 ਵਜੇ ਲੜਾਈ ਕਿਸੇ ਨਾ ਕਿਸੇ ਪਰਿਵਾਰ ਦੀ ਹੋ ਹੀ ਜਾਣੀ ਰੋਜ਼ ਹੀ, ਕਦੇ ਕੋਈ ਮਰ ਗਿਆ ਕਦੇ ਕੋਈ ਫਟੜ ਹੋ ਗਿਆ, ਸਾਰਾ ਲਾਹੌਰ ਹੀ ਇਸ ਤਰ੍ਹਾਂ ਬਿਪਤਾ ਵਿੱਚ ਪੈ ਗਿਆ। ਜਦੋਂ ਪਤਾ ਲੱਗਾ ਵੀ ਸਾਡੀ ਗਲਤੀ ਕਰਕੇ ਸਾਨੂੰ ਸ਼ਰਾਫ ਮਿਲਿਆ, ਫਿਰ ਉਹ ਲੋਕ ਇਕੱਠੇ ਹੋ ਕੇ ਗੁਰੂ ਅਮਰਦਾਸ ਪਾਤਸ਼ਾਹ ਦੇ ਕੋਲ ਆਏ। ਉਦੋਂ ਮਹਾਰਾਜ ਗੁਰਤਾ ਗੱਦੀ 'ਤੇ ਬੈਠੇ ਗੁਰੂ ਅਮਰਦਾਸ ਪਾਤਸ਼ਾਹ ਸਨ। ਅਤੇ ਫਿਰ ਉਹਨਾਂ ਨੇ ਆਖਿਆ ਮਹਾਰਾਜ ਤੁਹਾਡੇ ਵੱਡਿਆਂ ਨੇ ਗੁਰੂ ਨਾਨਕ ਸਾਹਿਬ ਨੇ ਆ ਸਾਨੂੰ ਸ਼ਰਾਫ ਦੇ ਦਿੱਤਾ, ਸਾਡੇ ਸ਼ਹਿਰ ਦੇ ਵਿੱਚ ਬਿਪਤਾ ਹੀ ਪਈ ਰਹਿੰਦੀ, ਆਪ ਕਿਰਪਾ ਕਰਕੇ ਸਾਨੂੰ ਬਖਸ਼ੋ। ਅਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਸ ਵੇਲੇ ਜਾਣਿਆ ਕਿ ਸਾਡੀ ਗੁਰਤਾ ਗੱਦੀ ਦਾ ਜੋ ਮਾਲਕ ਹੈ ਨਾ ਸੋਢੀ ਪਾਤਸ਼ਾਹ ਗੁਰੂ ਰਾਮਦਾਸ, ਉਹਨਾਂ ਨੇ ਵੀ ਲਾਹੌਰ ਤੋਂ ਹੀ ਆਉਣਾ ਇਸ ਗੁਰਤਾ ਗੱਦੀ 'ਤੇ ਬੈਠਣ ਵਾਸਤੇ, ਔਰ ਇਹ ਸੰਗਤ ਮਾਫ਼ੀ ਮੰਗਣ ਵੀ ਆਈ ਹੈ। ਫਿਰ ਮਹਾਰਾਜ ਨੇ ਆਖਿਆ ਸੀ ਮਹੱਲਾ ਤੀਜਾ ਅੰਮ੍ਰਿਤਸਰ ਸਿਫਤੀ ਦਾ ਘਰ, ਇਹ ਆਖਿਆ ਕਹਿੰਦੇ ਲਾਹੌਰ ਦੇ ਨੇੜੇ ਫਿਰ ਅੰਮ੍ਰਿਤਸਰ ਵਸੇਗਾ, ਉੱਥੇ ਸਿਫਤ ਹੋਇਆ ਕਰੇਗੀ ਪਰਮੇਸ਼ੁਰ ਦੇ ਨਾਮ ਦੀ, ਅਤੇ ਲਾਹੌਰ ਦਾ ਇਹ ਪਾਪ ਇਹ ਸ਼ਰਾਪ ਮੁਕਤ ਹੋ ਜਾਏਗਾ। ਗੁਰੂ ਨਾਨਕ ਸਾਹਿਬ ਦੇ ਬਚਨ ਗੁਰੂ ਅਮਰਦਾਸ ਪਾਤਸ਼ਾਹ ਨੇ ਵਾਪਸ ਲੈ ਲਏ।
ਇੱਥੇ ਉਹੀ ਬਚਨ ਆ ਗਿਆ, ਗੁਰੂ ਨਾਨਕ ਸਾਹਿਬ ਨੇ ਆਖਿਆ ਤੁਰਕ ਪਠਾਨੀ ਅਮਲ ਕੀਆ, ਅਤੇ ਦਸਵੇਂ ਪਾਤਸ਼ਾਹ ਨੇ ਆਖਿਆ ਅਮਲ ਗਿਆ। ਮਹਾਰਾਜ ਕਹਿੰਦੇ ਉਸੇ ਗੁਰਤਾ ਗੱਦੀ 'ਤੇ ਅਸੀਂ ਬੈਠੇ ਹਾਂ, ਜਿਹੜੀ ਗੁਰਤਾ ਗੱਦੀ ਗੁਰੂ ਨਾਨਕ ਸਾਹਿਬ ਦੀ ਹੈ, ਉਹ ਵੀ ਗੁਰੂ ਸਨ ਅਤੇ ਅਸੀਂ ਵੀ ਗੁਰੂ ਹਾਂ, ਅਸੀਂ ਆਪਣੇ ਵੱਡਿਆਂ ਦਾ ਵਚਨ ਆਪ ਵਾਪਸ ਲੈ ਸਕਦੇ ਹਾਂ। ਰਾਮ ਰਾਏ ਦੇ ਨਾਲ ਤੁਲਨਾ ਨਾ ਕਰਿਓ, ਕਿਉਂਕਿ ਰਾਮ ਰਾਏ ਇੱਕ ਤਾਂ ਖੁਸ਼ਾਮਦ ਵਾਸਤੇ ਉਹਨੇ ਬਾਣੀ ਬਦਲੀ ਹੈ, ਦੂਜੀ ਗੱਲ ਇਹ ਹੈ ਕਿ ਰਾਮ ਰਾਏ ਗੁਰੂ ਪਦਵੀ ਦੇ ਉੱਪਰ ਵੀ ਨਹੀਂ, ਇਸ ਕਰਕੇ ਸਜ਼ਾ ਮਿਲੀ ਹੈ। ਅਸੀਂ ਬਾਣੀ ਦੀ ਜੇ ਪੰਕਤੀ ਬਦਲੀ ਹੈ ਅਤੇ ਆਪਣੇ ਵੱਡਿਆਂ ਦਾ ਵਚਨ ਵਾਪਸ ਲਿਆ ਹੈ, ਦੂਜੀ ਗੱਲ ਇਹ ਹੈ ਵੀ ਅਸੀਂ ਖੁਦ ਗੁਰਤਾ ਗੱਦੀ 'ਤੇ ਇਸ ਵੇਲੇ ਮਾਲਕ ਹਾਂ, ਅਸੀਂ ਆਪਣੇ ਵੱਡਿਆਂ ਦਾ ਵਚਨ ਵਧਾ ਵੀ ਸਕਦੇ ਹਾਂ ਅਤੇ ਵੱਡਿਆਂ ਦਾ ਵਚਨ ਵਾਪਸ ਵੀ ਲੈ ਸਕਦੇ ਹਾਂ, ਕਿਉਂਕਿ ਜੋਤ ਊਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ, ਸਾਡਾ ਉਹੀ ਰੂਪ ਹੈ। ਤਾਂ ਅਸੀਂ ਇਹ ਬਾਣੀ ਦੀ ਪੰਕਤੀ ਨੂੰ ਕੇਵਲ ਜ਼ੁਬਾਨ ਦੇ ਨਾਲ ਬਦਲਿਆ, ਕੌਲ ਸੋਡੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫਿਰ ਵੀ ਨਹੀਂ ਬਦਲਿਆ ਮਹਾਰਾਜ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉੱਦਾਂ ਹੀ ਲਿਖਿਆ, ਪਰ ਇਹ ਕੇਵਲ ਸੰਗਤ ਨੂੰ ਸੁਣਾ ਕੇ ਜ਼ੁਬਾਨੀ ਵਚਨ ਬਦਲਿਆ, ਔਰ ਇਕੱਲਾ ਇਹ ਵਚਨ ਹੀ ਨਹੀਂ ਬਦਲਿਆ। ਮਹਾਰਾਜ ਕਹਿਣ ਲੱਗੇ ਜੇ ਅੱਜ ਅਸੀਂ ਗੁਰੂ ਨਾਨਕ ਸਾਹਿਬ ਦੇ ਵਚਨ ਵਾਪਸ ਲੈ ਲੈਣਾ ਤਾਂ ਉਹਦੇ ਵਾਸਤੇ ਸਾਨੂੰ ਆਪਣੇ ਚਾਰ ਪੁੱਤਰ ਵਾਰਨੇ ਪੈਣ। ਸਾਡੀ ਬਜ਼ੁਰਗ ਮਾਤਾ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ, ਸਾਡੇ ਪਿਤਾ ਨੇ ਚਾਂਦਨੀ ਚੌਂਕ ਦੇ ਵਿੱਚ ਆਪਣਾ ਸੀਸ ਕਟਾਇਆ, ਜਾਣ ਤੋਂ ਪਿਆਰੇ ਸਾਡੇ ਸਿੰਘ ਜੰਗੇ ਮੈਦਾਨ ਦੇ ਅੰਦਰ ਸ਼ਹਾਦਤ ਪ੍ਰਾਪਤ ਕਰ ਗਏ, ਇਹ ਸਾਰੀਆਂ ਕੁਰਬਾਨੀਆਂ ਹੋਈਆਂ। ਹੁਣ ਅਸੀਂ ਆਪਣੇ ਵੱਡਿਆਂ ਦਾ ਵਚਨ ਵਾਪਸ ਲਿਆ ਹੈ, ਜੇ ਇੰਨੀ ਕੁਰਬਾਨੀ ਕਰਕੇ ਵੀ ਅਸੀਂ ਇਹ ਕਾਰਜ ਕਿਉਂ ਨਹੀਂ ਕਰ ਸਕਦੇ ਭਾਈ, ਅਸੀਂ ਗੁਰਤਾ ਗੱਦੀ ਦੇ ਮਾਲਕ, ਸਤਿਗੁਰੂ ਉਹਦਾ ਸ਼ੰਕਾ ਦੂਰ ਕਰਦੇ ਹਨ। ਚਾਰੋਂ ਪੂਤ ਦੀਏ ਇਸ ਕਾਜੂ, ਹਮ ਤੋ ਇਸ ਤੋਂ ਕਹੇ ਤੇ ਉਲਟਾਵਨ, ਅਸੀਂ ਇਹ ਜੇ ਗੁਰਬਾਣੀ ਦੀ ਪੰਕਤੀ ਬਦਲੀ ਹੈ ਨਾ ਤੇ ਉਹਦੇ ਵਾਸਤੇ ਅਸੀਂ ਫਿਰ ਬੜੀ ਵੱਡੀ ਕੁਰਬਾਨੀ ਕੀਤੀ ਹੈ। ਚਾਰੋਂ ਪੂਤ ਦੀਏ ਇਸ ਕਾਜੂ, ਚਾਰ ਪੁੱਤਰ ਜਿਹੜੇ ਇਸ ਕੰਮ ਵਾਸਤੇ ਅਸੀਂ ਕੁਰਬਾਨ ਕੀਤੇ, ਚਾਰ ਪੁੱਤਰਾਂ ਨੂੰ ਅਸੀਂ ਇਹਦੇ ਵਿੱਚ ਸ਼ਹੀਦ ਕਰਵਾਇਆ ਹੈ। ਕੌਣ ਗਿਣੈ ਸਭ ਸਦਨ ਸਮਾਜ, ਜਿਹੜਾ ਅਸੀਂ ਘਰ ਦਾ ਸਾਜੋ ਸਮਾਨ ਦਿੱਤਾ ਉਹਦੀ ਗਿਣਤੀ ਕੋਈ ਨਹੀਂ, ਕਿੰਨੇ ਘੋੜੇ ਕਿੰਨੇ ਹਾਥੀ, ਆਪਣਾ ਘਰ ਬਾਰ ਛੱਡਿਆ, ਸਭ ਕੁਝ ਛੱਡਿਆ, ਇਹ ਸਭ ਕੁਝ ਅਸੀਂ ਕੀਤਾ ਹੈ। ਨਾਸ਼ ਕਰਿਓ ਸਰਬੰਸ ਸਮੇਤ, ਇਹ ਅਸੀਂ ਸਾਰਾ ਸਰਬੰਸ ਦੇ ਸਮੇਤ ਆਪਣਾ ਸਭ ਕੁਝ ਹੀ ਵਾਰ ਦਿੱਤਾ, ਆਪਣੇ ਪੰਥ ਤੋਂ ਪੁੱਤਰਾਂ ਨੂੰ ਵਾਰਿਆ, ਪਰਿਵਾਰ ਨੂੰ ਵਾਰਿਆ, ਸਭ ਕੁਝ ਅਸੀਂ ਵਾਰ ਦਿੱਤਾ ਹੈ। ਅਬ ਭੀ ਨਹਿ ਉਲਟਾਵਨ ਦੇਤੇ, ਹੁਣ ਜੇ ਅਸੀਂ ਪੰਕਤੀ ਬਦਲੀ ਹੈ ਤੇ ਤੈਨੂੰ ਇਸ ਗੱਲ ਦੀ ਕੀ ਭਾਈ ਦੋਸ਼ ਹੈ, ਤੂੰ ਕਿਉਂ ਇਹ ਗੱਲ ਕਹਿੰਦਾ ਵੀ ਬਾਣੀ ਦੀ ਪੰਕਤੀ ਕਿਉਂ ਬਦਲੀ ਹੈ? ਕਾਰਨ ਦੋ ਨੇ, ਮਹਾਰਾਜ ਨੇ ਸਪਸ਼ਟ ਹੀ ਦੱਸ ਦਿੱਤੇ ਕਿ ਜੇ ਪੰਕਤੀ ਰਾਮ ਰਾਏ ਨੇ ਬਦਲੀ ਹੈ ਉਹਨੇ ਖੁਸ਼ਾਮਦ ਕਰਨ ਵਾਸਤੇ, ਚਾਪਲੂਸੀ ਕਰਨ ਵਾਸਤੇ ਬਦਲੀ ਹੈ। ਦੂਜੀ ਗੱਲ ਇਹ ਹੈ ਵੀ ਰਾਮ ਰਾਏ ਗੁਰੂ ਨਹੀਂ ਸੀਗਾ, ਪਰ ਉਹਨੇ ਗੁਰੂ ਦੇ ਬਚਨ ਬਦਲੇ ਹੀ ਕਿਉਂ? ਅਸੀਂ ਜੇ ਬਾਣੀ ਦੀ ਪੰਕਤੀ ਬਦਲੀ ਹੈ, ਅਸੀਂ ਲਿਖਤੀ ਰੂਪ ਦੇ ਵਿੱਚ ਨਹੀਂ ਬਦਲਦੇ ਪਏ, ਕੇਵਲ ਜ਼ੁਬਾਨੀ ਹੀ ਅਸੀਂ ਬਚਨ ਆਖਿਆ ਹੈ, ਅਤੇ ਦੂਜੀ ਗੱਲ ਇਹ ਹੈ ਵੀ ਅਸੀਂ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਦੇ ਮਾਲਕ ਹਾਂ, ਜੋ ਅਸੀਂ ਚਾਹੀਏ ਉਹ ਅਸੀਂ ਆਪਣੀ ਮਰਜ਼ੀ ਨਾਲ ਕਰ ਵੀ ਸਕਦੇ ਹਾਂ, ਦੇ ਵੀ ਸਕਦੇ ਹਾਂ ਅਤੇ ਲੈ ਵੀ ਸਕਦੇ ਹਾਂ, ਇਹ ਸਾਡੇ ਵਿੱਚ ਸਮਰੱਥਾ ਹੈ। ਅਤੇ ਫਿਰ ਤਿਉਂ ਇਹ ਗੱਲ ਕਿਉਂ ਕਹਿੰਦਾ ਹੈ ਵੀ ਅਸੀਂ ਬਾਣੀ ਦੀ ਪੰਕਤੀ ਨਹੀਂ ਬਦਲ ਸਕਦੇ? ਇਹ ਅਸੀਂ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ਾਂ ਕੀਤੀਆਂ, ਅਸੀਂ ਉਹ ਬਖਸ਼ਿਸ਼ਾਂ ਨੂੰ ਵਾਪਸ ਲਿਆ ਹੈ, ਤਾਂ ਇਸ ਬਾਣੀ ਦੇ ਸ਼ਬਦਾਂ ਨੂੰ ਅਸੀਂ ਬੋਲ ਕੇ ਅਤੇ ਕਾਰਜ ਕੀਤਾ ਹੈ। ਸ਼੍ਰੀ ਬਾਬਾ ਨਾਨਕ ਬਚ ਭਾਖਾ, ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀਆਂ ਨੇ ਬਚਨ ਆਖੇ ਹਨ, ਭਇਓ ਬਿਦਤ ਜਗ ਮਹਿ ਸਭ ਲਾਖਾ, ਅਤੇ ਇਹ ਸਾਰਿਆਂ ਵਿੱਚ ਹੀ ਪ੍ਰਗਟ ਬਚਨ ਮਹਾਰਾਜ ਸਾਹਿਬ ਜੀ ਦਾ ਸਭ ਨੇ ਜਾਣਿਆ ਕਿ ਮਹਾਰਾਜ ਕੀ ਆਖਦੇ ਹਨ। ਮੁਗਲ ਪਠਾਨ ਰਾਜ ਕਲ ਕਲ, ਸਤਿਗੁਰਾਂ ਨੇ ਆਖਿਆ ਸੀ ਕਲਯੁਗ ਦੇ ਵਿੱਚ ਮੁਗਲਾਂ ਅਤੇ ਪਠਾਨਾਂ ਦਾ ਰਾਜ ਇਸ ਹਿੰਦੁਸਤਾਨ ਦੀ ਧਰਤੀ 'ਤੇ ਬੇਸ਼ੁਮਾਰ ਹੋਣਾ ਹੈ। ਬਾਦਸ਼ਾਹ ਬਾਬਰ ਆਇਆ ਸੀ ਭੰਗ ਦਾ ਪਿਆਲਾ ਲੈ ਕੇ,
ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਕਹਾਵਤ ਮਸ਼ਹੂਰ ਸੀ ਵੀ ਜਿਹੜੇ ਹਿੰਦੁਸਤਾਨ ਦੇ ਪੀਰ ਨੇ ਨਾ ਉਹ ਭੰਗ ਵਗੈਰਾ ਪੀਂਦੇ, ਜਿਵੇਂ ਗੁਰਮੁਖੋ ਸਿੱਧ ਸਨ ਸਾਰੇ ਹੀ ਸਿੱਧ ਭੰਗ ਵਗੈਰਾ ਪੀਂਦੇ, ਹੋਰ ਵੀ ਕਈ ਜਿਹੜੇ ਸੂਫੀ ਸਨ ਉਹ ਭੰਗ ਪੀਂਦੇ, ਅਤੇ ਉਹ ਬਾਦਸ਼ਾਹ ਨੂੰ ਲੱਗਿਆ ਵੀ ਸ਼ਾਇਦ ਹਿੰਦੁਸਤਾਨ ਦੇ ਪੀਰ ਇਹ ਭੰਗ ਪੀ ਕੇ ਖੁਸ਼ ਹੁੰਦੇ ਨੇ, ਮੈਂ ਗੁਰੂ ਨਾਨਕ ਸਾਹਿਬ ਨੂੰ ਖੁਸ਼ ਕਰਾਂ ਅਤੇ ਵਰ ਲਵਾਂ, ਇਸ ਵਾਸਤੇ ਉਹ ਭੰਗ ਦਾ ਪਿਆਲਾ ਲੈ ਕੇ ਆਇਆ ਸੀ। ਮਹਾਰਾਜ ਨੇ ਆਖਿਆ ਵੀ ਭੰਗ ਤਾਂ ਨਹੀਂ ਅਸੀਂ ਪੀਂਦੇ, ਪਰ ਤੂੰ ਦੱਸ ਵੀ ਤੈਨੂੰ ਕੀ ਚਾਹੀਦਾ। ਕਹਿੰਦਾ ਮਹਾਰਾਜ ਮੇਰੀ ਝੋਲੀ ਵਿੱਚ ਪੁਸ਼ਤਾਂ ਦਾ ਰਾਜ ਆਪ ਪਾ ਦਿਓ। ਅਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਰਾਜ ਤੇਰੀ ਕੁੱਲ ਵਿੱਚ ਰਹੇਗਾ, ਪਰ ਜਿੰਨਾ ਚਿਰ ਤੂੰ ਇਨਸਾਫ ਕਰਦਾ ਰਹੇਗਾ ਉਨਾ ਚਿਰ ਇਹ ਰਾਜ ਰਹੇਗਾ। ਜਦੋਂ ਤੇਰੀ ਕੁੱਲ ਵਾਲੇ ਪਾਪ ਕਰਨ ਲੱਗ ਪਏ, ਅੱਤਿਆਚਾਰ ਕਰਨਗੇ, ਫਿਰ ਇਹ ਰਾਜ ਰਹੇਗਾ, ਨਹੀਂ ਫਿਰ ਅਸੀਂ ਆਪਣੇ ਵਜਨ ਵਾਪਸ ਲੈ ਲਵਾਂਗੇ। ਫਿਰ ਇਹਨਾਂ ਨੇ ਇੰਨਾ ਅੱਤਿਆਚਾਰ ਕੀਤਾ, ਗਰੀਬ ਗੁਰਬੇ ਨੂੰ ਮਾਰਿਆ, ਕਤਲ ਕੀਤਾ, ਸਾਧੂਆਂ ਦੇ ਕਤਲ ਕੀਤੇ, ਕਈਆਂ ਨੂੰ ਜੇਲ੍ਹਾਂ ਵਿੱਚ ਡੱਕਿਆ, ਇੱਥੋਂ ਤੱਕ ਕਿ ਗੁਰੂ ਘਰ ਦੇ ਨਾਲ ਵੀ ਵੈਰ ਪਾਇਆ, ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸ਼ਹੀਦ ਕੀਤਾ। ਅਤੇ ਫਿਰ ਜਦੋਂ ਇੰਨੇ ਪਾਪ ਕੀਤੇ ਅਤੇ ਚਾਰ ਸਾਹਿਬਜ਼ਾਦੇ ਸ਼ਹਾਦਤ ਪ੍ਰਾਪਤ ਕਰ ਗਏ, ਮਾਤਾ ਜੀ ਪਿਤਾ ਜੀ ਸਤਿਗੁਰਾਂ ਦੇ ਸ਼ਹੀਦ ਹੋ ਗਏ, ਪਰਿਵਾਰ ਦੀਆਂ ਸ਼ਹੀਦੀਆਂ ਹੋਈਆਂ, ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ, ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ, 40 ਮੁਕਤੇ, ਇਸੇ ਤਰ੍ਹਾਂ ਚਮਕੌਰ ਦੀ ਗੜੀ ਵੀ 40 ਸਿੰਘ ਲੜੇ। ਇਹ ਸਭ ਕੁਝ ਜਦੋਂ ਫਿਰ ਅੱਤਿਆਚਾਰ ਹੋਇਆ, ਫਿਰ ਮਹਾਰਾਜ ਕਹਿੰਦੇ ਹੁਣ ਅਸੀਂ ਆਪਣੇ ਵੱਡਿਆਂ ਦਾ ਵਚਨ ਵਾਪਸ ਲੈਂਦੇ ਹਾਂ, ਇਹ ਹੁਣ ਰਾਜ ਕਰਨ ਦੇ ਯੋਗ ਨਹੀਂ ਰਹਿ, ਪਾਪ ਕਰਦੇ ਪਏ। ਬਚਨ ਆ ਗਿਆ, ਕਹਿਣ ਲੱਗੇ ਮੁਗਲ ਪਠਾਨ ਰਾਜ ਕਲ ਕਾਲਾ, ਕਲਯੁਗ ਦੇ ਵਿੱਚ ਮੁਗਲਾਂ ਤੇ ਪਠਾਨਾਂ ਦਾ ਜਿਹੜਾ ਵੱਡਾ ਰਾਜ ਹੈ, ਸਭ ਅਬਨੀ ਮੈਂ ਤੇਜ ਬਸਾਲਾ, ਸਾਰੀ ਧਰਤੀ ਦੇ ਉੱਪਰ ਇਹਨਾਂ ਦਾ ਬੜਾ ਤੇਜ ਪ੍ਰਤਾਪ ਰਹੇਗਾ। ਇਹ ਬਚਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਬਾਬਰ ਬਾਦਸ਼ਾਹ ਆਇਆ ਸੀ ਉਸ ਵੇਲੇ ਆਖੇ ਸਨ। ਕਹਿਓ ਬਾਕ ਤਿੰਨ ਕੋ ਅਬ ਫੇਰਾ, ਅਸੀਂ ਆਪਣਿਆਂ ਵੱਡਿਆਂ ਦਾ ਬਚਨ ਬੋੜਿਆ ਹੈ, ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਤੇ ਅਸੀਂ ਬੈਠੇ ਹਾਂ, ਜੋ ਸਾਡੇ ਵੱਡਿਆਂ ਨੇ ਬਚਨ ਆਖਿਆ ਉਹ ਬਚਨ ਅਸੀਂ ਵਾਪਸ ਫੇਰ ਦਿੱਤੇ ਹਨ। ਜਿਸ ਤੇ ਤੁਰਕਨ ਮੂਲ ਉਖੇਰਾ, ਇਸ ਕਰਕੇ ਹੁਣ ਮੁਗਲਾਂ ਦੀਆਂ ਜੜ੍ਹਾਂ ਹੀ ਪੱਟ ਦਿੱਤੀਆਂ, ਅਸੀਂ ਇਹ ਬਚਨ ਅਸੀਂ ਜਿਹੜਾ ਵਾਪਸ ਲੈ ਲਿਆ ਨਾ, ਕਿ ਤੁਰਕ ਪਠਾਨੀ ਅਮਲ ਗਿਆ, ਨੀਲ ਬਸਤਰ ਲੈ ਕੱਪੜੇ ਫਾਰੇ, ਤੁਰਕ ਪਠਾਨੀ ਅਮਲ ਗਿਆ, ਇਹ ਬਚਨ ਕਹਿ ਕੇ ਅਸੀਂ ਇਹਨਾਂ ਦੀਆਂ ਸ਼ਕਤੀਆਂ ਖਿੱਚ ਲਈਆਂ ਵਾਪਸ, ਹੁਣ ਇਹਨਾਂ ਦਾ ਤੇਜ ਪ੍ਰਤਾਪ ਨਹੀਂ ਰਹੇਗਾ, ਇਹਨਾਂ ਨੇ ਜੜ੍ਹਾਂ ਅਸੀਂ ਪੱਟ ਦਿੱਤੀਆਂ। ਰਾਖੀ ਹਿੰਦੁਨ ਕੀ ਵਡਿਆਈ, ਅਸੀਂ ਇਸ ਹਿੰਦੁਸਤਾਨ ਦੇ ਅੰਦਰ ਆਪਣੇ ਖਾਲਸੇ ਦੀ ਵਡਿਆਈ ਨੂੰ ਬਰਕਰਾਰ ਰੱਖਿਆ ਹੈ। ਭਇਓ ਧਰਮ ਥਿਰ ਕਿਉਂ ਹੁਣ ਨਾ ਜਾਈ, ਕਹਿਣ ਲੱਗੇ ਵੀ ਹੁਣ ਧਰਮ ਜਿਹੜਾ ਹੈ ਨਾ ਟਿਕਿਆ ਰਹੇਗਾ, ਖਾਲਸਾ ਦਾ ਧਰਮ ਹੋਵੇਗਾ, ਖਾਲਸਾ ਬੈਠੇਗਾ ਆ ਕੇ ਹੁਣ, ਤੇ ਧਰਮ ਦੀ ਕਮਾਈ ਹੋਵੇਗੀ, ਹੁਣ ਇਸ ਧਰਮ ਨੂੰ ਕੋਈ ਜਿਹੜਾ ਡੁਲਾ ਨਹੀਂ ਸਕਦਾ ਹੈ। ਪੰਥ ਖਾਲਸਾ ਉਤਪਤ ਹੋਵਾ, ਅਸੀਂ ਖਾਲਸੇ ਪੰਥ ਨੂੰ ਪ੍ਰਗਟ ਕੀਤਾ, ਪੰਜਾਂ ਪਿਆਰਿਆਂ ਦੇ ਰੂਪ ਦੇ ਵਿੱਚ 1699 ਦੀ ਵਿਸਾਖੀ ਨੂੰ ਧੰਨ 10ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਖਾਲਸੇ ਨੂੰ ਪ੍ਰਗਟ ਕੀਤਾ ਹੈ। ਤੁਰਕ ਪ੍ਰਤਾਪ ਉਲਟ ਬਚ ਖੋਵਾ, ਹੁਣ ਇਹਨਾਂ ਬਚਨਾਂ ਦੇ ਨਾਲ ਮੁਗਲਾਂ ਦਾ ਪ੍ਰਤਾਪ ਅਸੀਂ ਸਾਰਾ ਹੀ ਖੋ ਲਿਆ ਹੈ, ਮੁਗਲਾਂ ਦਾ ਪ੍ਰਤਾਪ ਨਹੀਂ ਰਿਹਾ, ਸਾਰਾ ਹੀ ਪ੍ਰਤਾਪ ਉਹਨਾਂ ਦਾ ਬਲ ਜਿਹੜਾ ਉਹ ਅਸੀਂ ਨਾਸ ਕਰ ਦਿੱਤਾ ਹੈ। ਇਹ ਤੁਮ ਕਹੋ ਭਲੀ ਕੈ ਬੁਰੀ, ਇਹ ਤੁਸੀਂ ਦੱਸੋ ਵੀ ਭਲਾ ਬਚਨ ਹੈ ਕਿ ਬੁਰਾ ਬਚਨ ਹੈ, ਇਹ ਤੁਸੀਂ ਦੱਸੋ ਭਾਈ। ਭਾਈ ਕੌਲ ਹੁਣ ਤੂੰ ਦੱਸ ਵੀ ਇਹ ਗੱਲ ਠੀਕ ਹੈ ਕਿ ਗਲਤ ਹੈ, ਸਾਡੇ ਵੱਡਿਆਂ ਨੇ ਜੋ ਆਖਿਆ ਅਸੀਂ ਉਹ ਵਾਪਸ ਲੈ ਲਿਆ ਆਪਣੀ ਮਰਜ਼ੀ ਦੇ ਨਾਲ, ਇਹ ਸਾਡੀ ਸਮਰੱਥਾ ਹੈ ਕਿ ਅਸੀਂ ਇਹ ਕਾਰਜ ਕਰ ਸਕਦੇ ਹਾਂ। ਕੌਲ ਤਵ ਤੂਸ਼ਣ ਧਰੀ, ਜਦੋਂ ਭਾਈ ਕੌਲ ਨੇ ਸੁਣੇ ਨਾ ਬਚਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ, ਤਾਂ ਸਮਝ ਆ ਗਈ ਵੀ ਹੁਣ ਮਹਾਰਾਜ ਦੇ ਨਾਲ ਬਹੁਤਾ ਨਹੀਂ ਜਿੱਦਣਾ ਚਾਹੀਦਾ, ਬਹੁਤੀ ਨਹੀਂ ਜਿਹੜੀ ਹੈ ਉਹ ਚਰਚਾ ਨਹੀਂ ਕਰਨੀ ਚਾਹੀਦੀ, ਬਹੁਤਾ ਨਹੀਂ ਬੋਲਣਾ ਚਾਹੀਦਾ ਵੀ ਅੱਗੇ ਵੀ ਮਹਾਰਾਜ ਨੇ ਬਚਨ ਕਹਿ ਦਿੱਤਾ ਵੀ ਤੇਰਾ ਢਿੱਡ ਪਟੇਗਾ, ਅਤੇ ਜੇ ਮੈਂ ਹੋਰ ਕੋਈ ਬਚਨ ਕੀਤਾ ਤਾਂ ਸਤਿਗੁਰੂ ਕਿਤੇ ਕੋਈ ਬਚਨ ਨਾਰਾਜ਼ਗੀ ਵਿੱਚ ਕਹਿ ਹੀ ਨਾ ਦੇਣ। ਕੌਲ ਚੁੱਪ ਕਰ ਗਿਆ ਹੈ, ਪਰ ਪੂਰਬ ਸੌਰੇ ਦਾ ਵਿਚਾਰ, ਕਿਉਂਕਿ ਪਿਛਲੀ ਗੱਲ ਨੂੰ ਮਨ ਵਿੱਚ ਸੋਚਦਾ ਪਿਆ ਵੀ ਸਤਿਗੁਰੂ ਪਾਤਸ਼ਾਹ ਨੇ ਵਾਕਿਆ ਹੀ
ਉਹਨੇ ਆਪਣੇ ਦਿਮਾਗ ਵਿੱਚ ਸੋਚਿਆ ਵੀ ਵਾਕਿਆ ਹੀ ਇਹਨਾਂ ਨੇ ਆਪਣਾ ਘਰ ਵੀ ਛੱਡਿਆ ਹੈ, ਅਨੰਦਪੁਰ ਸਾਹਿਬ ਵੀ ਛੱਡਿਆ ਹੈ, ਇਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਸ਼ਹੀਦ ਹੋ ਗਏ, ਸਾਹਿਬਜ਼ਾਦੇ ਮਾਤਾ ਪਿਤਾ ਅਤੇ ਘਰ ਬਾਰ ਵੀ ਛੱਡਿਆ, ਫੌਜ ਵੀ ਮਰੀ ਹੈ, ਕਿੱਡਾ ਵੱਡਾ ਨੁਕਸਾਨ ਕਰਵਾ ਕੇ ਘਰ ਛੱਡ ਕੇ ਆਏ ਹਨ। ਇਨਹੋ ਯਥਾਰਥ ਵਾਕ ਉਚਾਰੇ, ਜਿਹੜਾ ਇਹਨਾਂ ਨੇ ਬਚਨ ਕਿਹਾ ਉਹ ਠੀਕ ਹੀ ਕਿਹਾ ਹੈ ਵੀ ਵਾਕਿਆ ਹੀ ਇਹਨਾਂ ਨੂੰ ਤੇ ਅਧਿਕਾਰ ਹੈ। ਆਪਾਂ ਨੂੰ ਇਹ ਸਵਾਲ ਹੀ ਨਹੀਂ ਸੀ ਕਰਨਾ ਚਾਹੀਦਾ ਵੀ ਮਹਾਰਾਜ ਤੁਸੀਂ ਕਿਉਂ ਬਚਨ ਬਦਲਦੇ ਹੋ, ਇਹ ਨਹੀਂ ਸੀ ਕਹਿਣਾ ਚਾਹੀਦਾ, ਕਿਉਂਕਿ ਇਹਦੇ ਮਾਲਕ ਨੇ ਗੁਰਤਾ ਗੱਦੀ ਦੇ ਚਾਹੁਣ ਜੋ ਚਾਹੁਣ ਉਹ ਕਰ ਸਕਦੇ ਹਨ। ਪਰ ਉਪਕਾਰ ਹਿਤ ਕ੍ਰਿਤ ਐਸੇ, ਤੇ ਪਰ ਉਪਕਾਰ ਵਾਸਤੇ ਐਸੀ ਕ੍ਰਿਤ ਐਸਾ ਕਾਰਜ ਇਹਨਾਂ ਨੇ ਕੀਤਾ ਹੈ। ਕੌਣ ਸਹਿ ਸੰਕਟ ਇਮ ਕੈਸੇ, ਤੇ ਭਾਈ ਕੌਲ ਸੋਢੀ ਹੈ, ਗੁਰਮੁਖੋ ਮਹਾਰਾਜ ਜੀ ਦਾ ਭਰਾ ਲੱਗਦਾ ਤੇ ਪ੍ਰਿਥੀ ਚੰਦ ਦਾ ਪੋਤਰਾ ਹੈ, ਤੇ ਪ੍ਰਿਥੀ ਚੰਦ ਜਿਹੜਾ ਹੈ ਵਾਹਿਗੁਰੂ ਜੀ ਪ੍ਰਿਥੀ ਚੰਦ ਦਾ ਪੁੱਤਰ ਹੈ ਮਿਹਰਵਾਨ, ਤੇ ਮਿਹਰਵਾਨ ਦਾ ਇਹ ਪੋਤਰਾ ਹੈ, ਅਤੇ ਮਿਹਰਬਾਨ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਭਰਾ ਹੋਇਆ, ਅਤੇ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਭਰਾ ਹੋਇਆ ਹੈ। ਸੋ ਇਸ ਤਰ੍ਹਾਂ ਇਹ ਇੱਕੇ ਹੀ ਵੱਡ ਵਡੇਰੇ ਗੁਰੂ ਰਾਮਦਾਸ ਪਾਤਸ਼ਾਹ ਦੀ ਕੁੱਲ ਹੈ, ਕੌਲ ਸੋਢੀ ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸ਼ਰੀਕੇ ਵਿੱਚ ਉਹ ਕਹੀਏ ਭਰਾ ਲੱਗਦੇ। ਸੋ ਉਸ ਵੇਲੇ ਸੋਚਦਾ ਪਿਆ, ਕਹਿੰਦਾ ਵਾਕਿਆ ਹੀ ਗੁਰੂ ਗੋਬਿੰਦ ਸਿੰਘ ਨੂੰ ਕੀ ਲੋੜ ਸੀ ਇੰਨੇ ਸੰਕਟ ਸਹਿਣ ਦੀ, ਕੀ ਲੋੜ ਸੀ ਪੁੱਤਰ ਸ਼ਹੀਦ ਕਰਵਾਉਣ ਦੀ, ਕੀ ਲੋੜ ਸੀ ਅਨੰਦਪੁਰ ਸਾਹਿਬ ਛੱਡਣ ਦੀ, ਕੀ ਲੋੜ ਸੀ ਇਹ ਸਭ ਕੁਝ ਕਰਨ ਦੀ। ਵੇਖੋ ਇਹਨਾਂ ਨੇ ਕਿੰਨੇ ਕਸ਼ਟ ਆਪਣੇ ਸਰੀਰ 'ਤੇ ਸਹਾਰੇ, ਕਿੰਨੀਆਂ ਕੁਰਬਾਨੀਆਂ ਕੀਤੀਆਂ, ਵਾਕਿਆ ਹੀ ਇਹ ਸਤਿਗੁਰੂ ਐਸੇ ਪਰਉਪਕਾਰੀ ਹਨ। ਸਭ ਸੁਪਤ ਹਤਨ ਸਮਾਜ ਲੁਟਾਵ, ਇਹਨਾਂ ਨੇ ਆਪਣੇ ਚਾਰੇ ਪੁੱਤਰ ਦੋ ਚਮਕੌਰ ਦੀ ਗੜੀ ਦੇ ਅੰਦਰ ਅਤੇ ਦੋ ਪੁੱਤਰ ਜਿਹੜੇ ਨੇ ਸਰਹੰਦ ਦੀਆਂ ਨੀਹਾਂ ਵਿੱਚ ਇਹਨਾਂ ਨੇ ਸ਼ਹੀਦ ਕਰਵਾਏ। ਇਕੱਲੇ ਪੁੱਤਰ ਹੀ ਸ਼ਹੀਦ ਨਹੀਂ ਕਰਵਾਏ ਹਨ, ਸਾਰਾ ਸਾਜੋ ਸਮਾਨ ਵੀ ਘਰਦਾ ਜਾਂਦਾ ਰਿਹਾ, ਕੁਝ ਵੀ ਨਹੀਂ ਬਚਿਆ ਹੈ। ਕੌਣ ਕਰੇ ਇਹ ਤੋ ਦੁੱਖ ਪਾਵਨ, ਦੁਨੀਆਂ ਵਿੱਚ ਕੌਣ ਬੰਦਾ ਹੈ ਜਿਹੜਾ ਕਿਸੇ ਦੇ ਵਾਸਤੇ ਦੁੱਖ ਸਵੇ। ਮੰਨ ਲਓ ਆਪਾਂ ਆਪਣੀ ਗੱਲ ਹੀ ਕਰੀਏ, ਦੁੱਖ ਕਿਸੇ ਹੋਰ ਨੂੰ ਆਉਣਾ ਹੋਵੇ ਤੇ ਆਪਾਂ ਆਖਾਂਗੇ ਵੀ ਤੈਨੂੰ ਨਾ ਆਵੇ ਤੇ ਮੈਨੂੰ ਆ ਜਾਵੇ, ਕੋਈ ਨਹੀਂ ਕਿਸੇ ਦੇ ਦੁੱਖ ਚੁੱਕਦਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਨ੍ਹਾਂ ਨੇ ਗੁਲਾਮੀ ਗਲੋਂ ਲਾਉਣ ਵਾਸਤੇ ਸਾਰੇ ਦੁੱਖ ਆਪਣੇ ਸਰੀਰ ਦੇ ਉੱਪਰ ਹੰਢਾਏ। ਗੁਰਮੁਖੋ ਘੋੜਿਆਂ ਦੀ ਸਵਾਰੀ ਕਰਨ ਵਾਲੇ, ਸਵਾ ਸਵਾ ਲੱਖ ਦਾ ਘੋੜਾ ਜਿਨ੍ਹਾਂ ਦੇ ਥੱਲੇ ਸ਼ਾਨ ਬਣਦਾ, ਜਿਹੜੇ ਹਾਥੀਆਂ ਦੀ ਸਵਾਰੀ ਕਰਦੇ, ਰਾਜਿਆਂ ਮਹਾਰਾਜਿਆਂ ਵਰਗੇ ਸੁੱਖ, ਉਹ ਪਾਤਸ਼ਾਹ ਦੀ ਚਮਕੌਰ ਦੀ ਗੜੀ ਵਿੱਚੋਂ ਨੰਗੇ ਪੈਰੀ ਪੈਦਲ ਚੱਲਦੇ ਪਏ ਅਤੇ ਮਾਛੀਵਾੜੇ ਜਾ ਕੇ ਧਰਤੀ 'ਤੇ ਲੰਮੇ ਪੈ ਗਏ। ਇੰਨੇ ਦੁੱਖ ਕਿਸੇ ਵਾਸਤੇ ਕੌਣ ਸਹਿੰਦਾ ਹੈ, ਕੌਣ ਇੱਡੀ ਕੁਰਬਾਨੀ ਕਰਦਾ ਹੈ। ਇਹ ਦਸਵੇਂ ਪਾਤਸ਼ਾਹ ਨੇ ਜਿਨ੍ਹਾਂ ਨੇ ਐਸੀ ਬਖਸ਼ਿਸ਼ ਕੀਤੀ ਹੈ। ਇਹ ਬਰ ਬੀਰ ਧੀਰ ਵੱਡ ਧਾਰੀ, ਬੜੇ ਵੱਡੇ ਸੂਰਮੈਨ ਨੇ, ਧੀਰਜ ਧਾਰੀ ਨੇ, ਬਹੁਤੇ ਬਲ ਵਾਲੇ ਹਨ। ਦੇ ਸਰਬੰਸ ਪ੍ਰੀਤ ਨਹਿ ਹਾਰੀ, ਇਹਨਾਂ ਨੇ ਸਰਬੰਸ ਲੁਟਾ ਦਿੱਤਾ। ਇਹ ਸੋਚਦਾ ਪਿਆ ਕੌਲ ਸੋਢੀ ਕੋਲ ਬੈਠਾ ਕਿ ਹੈ ਤੇ ਅਸੀਂ ਵੀ ਇਸੇ ਖਾਨਦਾਨ ਵਿੱਚੋਂ ਹੀ ਹਾਂ, ਪਰ ਅਸੀਂ ਵੇਖੋ ਆਪਣਾ ਘਰ ਬਾਰ ਸਾਰਾ ਕੁਝ ਸੰਭਾਲ ਕੇ ਰੱਖਿਆ, ਇਹਨਾਂ ਨੇ ਪੰਥ ਵਾਸਤੇ ਸਭ ਕੁਝ ਵਾਰ ਦਿੱਤਾ, ਇਹਨਾਂ ਦਾ ਮੁਕਾਬਲਾ ਬਰਾਬਰੀ ਕੋਈ ਨਹੀਂ ਕਰ ਸਕਦਾ। ਤੁਰਕ ਤੁਮ ਕੀ ਜਰਾਂ ਉਖਾਰੀ, ਇਹਨਾਂ ਨੇ ਸਮੂਹ ਤੁਰਕਾਂ ਦੀਆਂ ਜੜ੍ਹਾਂ ਹੀ ਪੜ ਦਿੱਤੀਆਂ। ਮਹਾਰਾਜ ਸਾਹਿਬ ਜੀ ਜਦੋਂ ਰਾਏ ਇਕੱਲੇ ਦੇ ਕੋਲ ਬੈਠੇ ਸਨ ਅਤੇ ਉਸ ਵੇਲੇ ਨੂਰੇ ਮਾਈ ਨੇ ਖਬਰ ਸੁਣਾਉਂਦਿਆਂ ਆਖਿਆ, ਪਾਤਸ਼ਾਹ ਜੀ ਦੋ ਸਾਹਿਬਜ਼ਾਦੇ ਨੀਹਾਂ ਵਿੱਚ ਚਿਣ ਦਿੱਤੇ ਗਏ, 7 ਤੇ 9 ਸਾਲ ਦੀ ਉਮਰਾਂ ਹੈ, ਕਦੇ ਸੋਟੀਆਂ ਦੇ ਨਾਲ ਮਾਰਿਆ ਗਿਆ, ਕਦੇ ਪੱਥਰਾਂ ਦੇ ਨਾਲ ਕੁੱਟਿਆ ਗਿਆ ਨਿੱਕੀਆਂ ਨਿੱਕੀਆਂ ਜਿੰਦਾਂ। ਅਤੇ ਫਿਰ ਸ਼ਮਸ਼ ਬੇਗ, ਸ਼ਾਸਨ ਬੇਗ ਅਤੇ ਬਾਸ਼ਨ ਬੇਗ ਜਿਹੜੇ ਜੁਲਾਦ ਸਨ, ਉਹਨਾਂ ਨੇ ਸਾਹਿਬਜ਼ਾਦਿਆਂ ਦੀ ਛਾਤੀ ਦੇ ਉੱਪਰ ਗੋਡਾ ਰੱਖ ਕੇ ਅਤੇ ਫਿਰ ਸਾਹ ਰੱਗ ਦੇ ਉੱਪਰ ਛੁਰੀ ਚਲਾਈ, ਕਰਦ ਚਲਾਈ, ਇਸ ਤਰ੍ਹਾਂ ਗਰਦਨ ਕੱਟੀ, ਹੌਲੀ ਹੌਲੀ ਕਲਮਾ ਪੜ੍ਹਦਿਆਂ ਹੋਇਆ ਅਤੇ ਸਾਹਿਬਜ਼ਾਦੇ ਸ਼ਹੀਦ ਹੋਏ। ਜਦੋਂ ਇਹ ਬਚਨ ਨੂਰੇ ਮਾਈ ਨੇ ਦੱਸਿਆ ਨਾ ਮਹਾਰਾਜ ਨੂੰ, ਸਤਿਗੁਰੂ ਉੱਥੇ ਬੈਠਿਆਂ ਆਪਣੇ ਤੀਰ ਦੀ ਨੋਕ ਦੇ ਨਾਲ ਕਾਂਈ ਦਾ ਬੂਟਾ ਪੱਟਦੇ ਪਏ,
ਇਧਰੋਂ ਨੂਰੇ ਮਾਈ ਨੇ ਆਖਿਆ ਮਹਾਰਾਜ ਸਾਹਿਬਜ਼ਾਦੇ ਨੀਆਂ ਵਿੱਚ ਚਿਣ ਕੇ ਇਸ ਤਰ੍ਹਾਂ ਤਸ਼ੱਦਦ ਕਰਕੇ ਦੁੱਖ ਕਰਕੇ ਸ਼ਹੀਦ ਕੀਤੇ। ਮਹਾਰਾਜ ਨੇ ਕਾਂਹੀ ਦੇ ਬੂਟੇ ਨੂੰ ਪੱਟ ਕੇ ਆਖਿਆ, ਕਹਿਣ ਲੱਗੇ ਨੂਰਿਆ ਫਿਰ ਮੁਗਲ ਰਾਜ ਦੀਆਂ ਜੜ੍ਹਾਂ ਵੀ ਪੱਟੀਆਂ ਗਈਆਂ। ਬਚਨ ਦਸਵੇਂ ਪਾਤਸ਼ਾਹ ਨੇ ਉਸ ਵੇਲੇ ਆਖੇ ਇਹ ਕੌਲ ਸੋਢੀ ਉਹ ਬਚਨ ਚੇਤੇ ਕਰਦਾ ਪਿਆ, ਕਹਿਣ ਲੱਗਾ ਵੀ ਵੇਖੋ ਮਹਾਰਾਜ ਨੇ ਇੰਨੀ ਵੱਡੀ ਕੁਰਬਾਨੀ ਕਰਕੇ ਮੁਗਲਾਂ ਦੀਆਂ ਜੜ੍ਹਾਂ ਪੜ ਦਿੱਤੀਆਂ ਹਨ। ਜਿਨ ਪਾਤਸ਼ਾਹਿਤ ਜਗਤ ਸੰਭਾਰੀ, ਇਹਨਾਂ ਨੇ ਸਾਰੇ ਜਗਤ ਦੀ ਪਾਤਸ਼ਾਹੀ ਸੰਭਾਲੀ ਹੈ। ਗੁਰੂ ਨਾਨਕ ਸਾਹਿਬ ਦੇ ਬਚਨ ਐਸੇ ਫਲੀਭੂਤ ਹੋਏ ਕਿ ਪੂਰੇ ਹਿੰਦੁਸਤਾਨ ਦੇ ਉੱਪਰ ਇਹਨਾਂ ਦੀ ਬਾਦਸ਼ਾਹਤ ਕਾਇਮ ਹੈ। ਇਨਕੀ ਕ੍ਰਿਤ ਸੋ ਇਨਹੂ ਬਣੇ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੀ ਹੈ ਨਾ ਮਰਿਆਦਾ, ਜਾਂ ਕਹਿ ਲਈਏ ਗੁਰੂ ਗੋਬਿੰਦ ਸਿੰਘ ਦੇ ਜਿਹੜੇ ਕੰਮ ਨੇ ਨਾ, ਇਹ ਇਹਨਾਂ ਨੂੰ ਹੀ ਬਣਾਉਂਦੇ, ਇਹਨਾਂ ਦੇ ਥਾਂ ਕੋਈ ਦੂਜਾ ਕਰ ਹੀ ਨਹੀਂ ਸਕਦਾ ਹੈ। ਗੁਰਮੁਖੋ ਦੁਨੀਆ ਦਾ ਇਤਿਹਾਸ ਪੜ੍ਹ ਲਓ, ਦੁਨੀਆ 'ਤੇ ਜਿੰਨੇ ਪੀਰ ਹੋਏ ਨੇ, ਜਿੰਨੇ ਪੈਗੰਬਰ ਹੋਏ ਨੇ, ਜਿੰਨੇ ਅਵਤਾਰ ਹੋਏ ਨੇ, ਜਿੰਨੇ ਦੇਵਤੇ ਹੋਏ, ਕਿਸੇ ਦਾ ਵੀ ਇਤਿਹਾਸ ਪੜ੍ਹ ਕੇ ਲੈ ਆਓ, ਕੋਈ ਵੀ ਕਿਸੇ ਵੀ ਧਰਮ ਦੀ ਕਿਤਾਬ ਚੱਕ ਲਓ, ਪਰ ਕਿਸੇ ਧਰਮ ਦੇ ਵਿੱਚ, ਕਿਸੇ ਗ੍ਰੰਥ ਵਿੱਚ ਕਿਸੇ ਪੈਗੰਬਰ ਨੇ ਆਪਣਾ ਪਰਿਵਾਰ ਆਪਣੀ ਕੌਮ ਵਾਸਤੇ ਨਹੀਂ ਮਰਵਾਇਆ। ਕੋਈ ਹੈ ਇਹੋ ਜਿਹਾ ਇਤਿਹਾਸ ਜੇ ਕੋਈ ਦੱਸ ਸਕਦਾ ਤਾਂ ਕਵੇ, ਭਾਵੇਂ ਉਹ ਅਵਤਾਰ ਨੇ ਸਨਾਤਨ ਮਤ ਦੇ, ਅਤੇ ਭਾਵੇਂ ਉਹ ਪੈਗੰਬਰ ਨੇ ਮੁਸਲਮਾਨ ਮਤ ਦੇ, ਅਤੇ ਭਾਵੇਂ ਉਹ ਬੁੱਧ ਜੀ, ਭਾਵੇਂ ਜੈਨ ਨੇ, ਜਿੰਨੇ ਵੀ ਧਰਮ ਨੇ, ਕਿਸੇ ਵੀ ਧਰਮ ਦਾ ਇਹ ਵਾਕਿਆ ਤੁਹਾਨੂੰ ਨਹੀਂ ਮਿਲੇਗਾ ਵੀ ਕਿਸੇ ਰਹਿਬਰ ਨੇ, ਪੈਗੰਬਰ ਨੇ ਆਪਣਾ ਪਰਿਵਾਰ ਆਪਣੀ ਕੌਮ ਤੋਂ ਵਾਰਿਆ ਹੋਵੇ। ਜੇ ਵਾਰਿਆ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਾਰਿਆ। ਅਤੇ ਉਸ ਵੇਲੇ ਬਚਨ ਆ ਗਿਆ, ਕਹਿਣ ਲੱਗੇ ਵੀ ਇਹਨਾਂ ਦੀ ਮਰਿਆਦਾ ਇਹਨਾਂ ਨੂੰ ਹੀ ਬਣਾਉਂਦੀ ਹੈ, ਸੱਚੇ ਪਾਤਸ਼ਾਹ ਇਹੋ ਹੀ ਇਹ ਕੁਝ ਕਰ ਸਕਦੇ ਹਨ। ਧਨ ਹੋਣ ਜਗ ਮਹਿ ਇਨ ਭਨੈ, ਇਹਨਾਂ ਨੂੰ ਕਹਿ ਸਕਦੇ ਹਾਂ ਵੀ ਧਨ ਨੇ ਸੋਢੀ ਪਾਤਸ਼ਾਹ, ਧਨ ਗੁਰੂ ਗੋਬਿੰਦ ਸਿੰਘ ਮਹਾਰਾਜ ਧਨ ਨੇ, ਇਹ ਧਨ ਵਾਲਾ ਬਚਨ ਇਹਨਾਂ ਨੂੰ ਹੀ ਕਹਿ ਸਕਦੇ ਹਾਂ ਵੀ ਇਹਨਾਂ ਦੀ ਸ਼ੋਭਾ ਇਹਨਾਂ ਨੂੰ ਬਣ ਆਉਂਦੀ ਹੈ। ਦੋਹਰਾ ਕੇਤਕ ਵਸਤੂ ਸੰਗ ਗੁਰ ਕੌਲ ਧਾਮ ਤਰਵਾਏ, ਗੁਰੂ ਪਾਤਸ਼ਾਹ ਨੂੰ ਪਤਾ ਹੈ ਵੀ ਹੁਣ ਜੰਗ, ਜਿਵੇਂ ਗੁਰਮੁਖੋ ਮੁਕਤਸਰ ਮਾਘੀ ਦਾ ਮੇਲਾ ਮਨਾਉਣ ਵਾਸਤੇ ਸੰਗਤਾਂ ਪਹੁੰਚੀਆਂ ਨਾ, ਅੱਜ ਸੰਗਤਾਂ ਪਹੁੰਚ ਗਈਆਂ, ਕੱਲ੍ਹ ਨੂੰ ਮਾਘੀ ਮਨਾਈ ਜਾਏਗੀ, ਮੇਲਾ ਮਨਾਇਆ ਜਾਏਗਾ। ਇਹ ਸਤਿਗੁਰੂ ਪਾਤਸ਼ਾਹ ਇਸ ਵੇਲੇ ਮੁਕਤਸਰ ਨੂੰ ਤੁਰੇ ਜਾਂਦੇ ਹੌਲੀ ਹੌਲੀ, ਮਹਾਰਾਜ ਨੂੰ ਪਤਾ ਹੈ ਵੀ ਹੁਣ ਜੰਗ ਦਾ ਸਮਾਂ ਆਉਣ ਵਾਲਾ ਹੈ। ਭਾਵੇਂ ਕਿ ਇਹ ਸਭ ਕੁਝ ਚੋਰੀ ਛੁਪੇ ਹੋ ਰਿਹਾ ਵੀ ਪਤਾ ਨਾ ਲੱਗੇ, ਪਰ ਮਹਾਰਾਜ ਤਾਂ ਜਾਣੀ ਜਾਣ ਨੂੰ ਦੱਸਣ ਦੀ ਲੋੜ ਹੀ ਨਹੀਂ ਹੈ। ਸਤਿਗੁਰਾਂ ਦੇ ਕੋਲ ਜਿੰਨਾ ਹੋਰ ਸਮਾਨ ਸੀ ਨਾ, ਕਹਿਣ ਲੱਗੇ ਕੌਲ ਸੋਢੀ ਇਹ ਸਾਰਾ ਸਮਾਨ ਸਾਡਾ ਤੂੰ ਰੱਖ ਲਾ, ਸਾਨੂੰ ਇਹ ਨਾਲ ਨਹੀਂ ਚਾਹੀਦਾ, ਸਾਨੂੰ ਤਾਂ ਕੇਵਲ ਨਾਲ ਸੂਰਮੇ ਚਾਹੀਦੇ ਨੇ, ਅਸੀਂ ਤਾਂ ਜੰਗ ਯੋਧੀ ਕਰਨਾ ਹੈ। ਅਤੇ ਉਹ ਮਹਾਰਾਜ ਨੇ ਸਾਰਾ ਸਮਾਨ ਆਪਣੇ ਭਰਾ ਦੇ ਘਰੇ, ਜਿਹੜਾ ਕੋਈ ਸੰਗਤ ਵੱਲੋਂ ਅਰਪਣ ਹੋਇਆ, ਸਾਰਾ ਉੱਥੇ ਹੀ ਰਖਾ ਦਿੱਤਾ। ਢਿਲਵਾਂ ਨਾਮ ਦਾ ਉਹ ਪਿੰਡ ਹੈ, ਕੌਲ ਸੋਢੀ ਦਾ ਇਹ ਘਰ ਹੈ, ਮਹਾਰਾਜ ਨੇ ਸਾਰੀਆਂ ਵਸਤੂਆਂ ਉੱਥੇ ਰਖਵਾ ਦਿੱਤੀਆਂ ਹਨ। ਕਰਿਓ ਕੂਚ ਡੇਰਾ ਤਵੈ ਚੜੇ ਸਿੰਘ ਸਮੁਦਾਏ, ਸਤਿਗੁਰੂ ਪਾਤਸ਼ਾਹ ਨੇ ਡੇਰਾ ਆਖਿਆ ਕੂਚ ਕਰੋ ਚੱਲੀਏ, ਕਿਉਂਕਿ ਮਹਾਰਾਜ ਮੁਕਤਸਰ ਸਾਹਿਬ ਪਹੁੰਚਣਾ ਚਾਹੁੰਦੇ ਨੇ। ਉੱਥੇ 40 ਸਿੰਘਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ, 40 ਮੁਕਤਿਆਂ ਦਾ ਵਰ ਮਿਲਿਆ, ਅਤੇ ਮੁਕਤਿਆਂ ਤੋਂ ਬਣ ਗਿਆ ਫਿਰ ਮੁਕਤ ਸਰ। 40 ਮੁਕਤੇ ਮਹਾਰਾਜ ਨੇ ਉੱਥੇ ਬਖਸ਼ਿਸ਼ ਕੀਤੇ ਨਾ, ਅਤੇ ਸਰ ਨਾਮ ਹੈ ਸਰੋਵਰ ਦਾ, 40 ਮੁਕਤਿਆਂ ਦਾ ਸਰੋਵਰ, ਜਿੱਥੇ ਮਾਘੀ ਦਾ ਮੇਲਾ ਭਰਦਾ ਹੈ। ਅਤੇ ਮਹਾਰਾਜ ਸਾਹਿਬ ਜੀਆਂ ਦੇ ਬਚਨ ਗੁਰੂ ਗੋਬਿੰਦ ਸਿੰਘ ਦੇ ਕਿ ਜਦੋਂ ਇਹ ਖਦਰਾਣੇ ਦੀ ਢਾਹ ਮਹਾਰਾਜ ਪਹੁੰਚੇ ਸਨ, ਅਤੇ ਸਤਿਗੁਰਾਂ ਨੇ ਆਖਿਆ ਸੀ ਜਿਹੜਾ ਸ਼੍ਰੀ ਜਪਜੀ ਸਾਹਿਬ ਗੁਰਬਾਣੀ ਦਾ ਪਾਠ ਕਰਕੇ ਗੁਰੂ ਕਾ ਸਿੱਖ ਭਾਵਨਾ ਦੇ ਨਾਲ ਇਹ ਸਰੋਵਰ ਵਿੱਚ ਇਸ਼ਨਾਨ ਕਰੇਗਾ, ਅਤੇ ਪਾਤਸ਼ਾਹ ਕਹਿਣ ਲੱਗੇ ਉਹ ਮੁਕਤ ਹੋ ਜਾਏਗਾ। ਇਹ ਵਰ ਮਿਲਿਆ ਉਸ ਧਰਤੀ ਜਿਹਦੇ ਬਾਬਤ ਆਪਾਂ ਬਚਨ ਪੜ੍ਹਦੇ ਹਾਂ, ਟੂਟੀ ਗਾਂਢਨ
ਹਾਰ ਗੋਪਾਲ, ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤ, ਇਹ ਉਹ ਧਰਤੀ ਹੈ ਜਿੱਥੇ ਮਹਾਰਾਜ ਨੇ ਟੁੱਟੀ ਨੂੰ ਗੰਢਿਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਪਏ ਉਸ ਪਾਸੇ ਨੂੰ ਚੱਲੇ ਨੇ। ਇੱਥੇ ਜੰਗ ਕਰਨਾ ਮਹਾਰਾਜ ਸਾਹਿਬ ਜੀਆਂ ਨੇ ਜਾ ਕੇ, ਮਹਾਰਾਜ ਕਹਿੰਦੇ ਚਲੋ ਸਿੰਘੋ ਭਾਈ ਲਓ ਸਾਜੋ ਸਮਾਨ ਨਾਲ ਤੇ ਚੱਲੀਏ ਆਪਾਂ ਅੱਗੇ। ਢਿਲਵਾ ਨਗਰ ਤੋਂ ਅੱਗੇ ਚੱਲੇ ਹਨ। ਚੌਪਈ ਸਹਿਜ ਸੁਭਾਇਕ ਵਿਚਰਤ ਚਲੇ, ਮਹਾਰਾਜ ਨੂੰ ਜੰਗ ਦਾ ਕੋਈ ਡਰ ਨਹੀਂ ਹੈ, ਦੁਸ਼ਮਣ ਦਾ ਵੀ ਕੋਈ ਡਰ, ਸੁਭਾਵਕ ਹੀ ਆਪਣੀ ਹੈ। ਮੌਜ ਨਾਲ ਹੌਲੀ ਹੌਲੀ ਚਾਲ ਪਾਤਸ਼ਾਹ ਜੀ ਚੱਲੇ ਜਾ ਰਹੇ ਹਨ। ਕਹੂੰ ਅਖੇਰ ਖੇਲ ਤੇ ਭਲੇ, ਕਦੇ ਮਹਾਰਾਜ ਕਹਿੰਦੇ ਚਲੋ ਭਾਈ ਸ਼ਿਕਾਰ ਹੀ ਨਾ ਕਰ ਲਈਏ, ਜੰਗਲ ਵਿੱਚ ਤੁਰੇ ਜਾਂਦੇ ਤੇ ਕਦੇ ਕਦੇ ਪਾਤਸ਼ਾਹ ਫਿਰ ਉਸ ਵੇਲੇ ਸ਼ਿਕਾਰ ਖੇਡਣ ਦੀ ਕਿਰਿਆ ਵੀ ਕਰ ਲੈਂਦੇ ਹਨ। ਕਰਤ ਕਵਾਇਦ ਸ਼ਸਤਰਾਂ ਨਕੇਰੀ, ਤੇ ਕਦੇ ਕਦੇ ਸ਼ਸਤਰਾਂ ਦੇ ਨਾਲ ਮਹਾਰਾਜ ਨਿੱਕਾ ਮੋਟਾ ਜੰਗ ਦਾ ਅਭਿਆਸ ਵੀ ਕਰਦੇ ਵੀ ਚਲੋ ਆਓ ਸਿੰਘੋ ਭਾਈ ਦਲ ਬਣਾਈਏ ਤੇ ਨਿੱਕਾ ਜਿਹਾ ਜੰਗ ਕਰਕੇ ਵੇਖੀਏ। ਕਦੇ ਕਦੇ ਮਹਾਰਾਜ ਇਸ ਤਰ੍ਹਾਂ ਜੰਗ ਦੀ ਕਿਰਿਆ ਵੀ ਰਸਤੇ ਵਿੱਚ ਤੁਰੇ ਜਾਂਦੇ, ਸ਼ਸਤਰ ਅਭਿਆਸ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਉਹ ਕਰਦੇ ਹਨ। ਸਨੇ ਸਨੇ ਗਮਨੇ ਕਿਸ ਬੇਰੀ, ਸਤਿਗੁਰੂ ਹੌਲੀ ਹੌਲੀ ਉਸ ਵੇਲੇ ਤੁਰੇ ਜਾਂਦੇ, ਆਰਾਮ ਦੇ ਨਾਲ ਪਾਤਸ਼ਾਹ ਤੁਰੇ ਜਾਂਦੇ ਹਨ। ਕਿਤਕ ਕੋਸ ਚਲ ਗ੍ਰਾਮਿਕ ਆਇਓ, ਦੇਖੋ ਥੋੜਾ ਜਿਹਾ ਮਹਾਰਾਜ ਅੱਗੇ ਗਿਆ ਤੇ ਇੱਕ ਛੋਟਾ ਜਿਹਾ ਪਿੰਡ ਆ ਗਿਆ। ਮੰਨ ਲਓ ਜਿਵੇਂ ਪੰਜ ਸੱਤ ਝੁੱਗੀਆਂ ਕਿਸੇ ਨੇ ਪਾਈਆਂ ਹੋਣ, ਛੋਟਾ ਜਿਹਾ ਪਿੰਡ ਆਇਆ ਤੇ ਮਹਾਰਾਜ ਉੱਥੇ ਪਹੁੰਚ ਗਏ ਹਨ। ਇੱਕ ਬੈਰਾੜ ਸੰਗ ਫੁਰਮਾਇਓ, ਜਦੋਂ ਇਹ ਪੰਜ ਸੱਤ ਝੁੱਗੀਆਂ ਵੇਖੀਆਂ ਨਾ, ਨਿੱਕਾ ਜਿਹਾ ਪਿੰਡ ਵੇਖਿਆ ਤੇ ਮਹਾਰਾਜ ਦੇ ਨਾਲ ਬਰਾੜ ਸੂਰਮੇ ਸਨ, ਬਰਾੜ ਜਿਹੜੇ ਮਹਾਰਾਜ ਨੇ ਭਰਤੀ ਕੀਤੇ ਸਨ ਆਪਣੀ ਫੌਜ ਦੇ ਵਿੱਚ। ਇੱਥੋਂ ਮਾਲਵੇ ਦੇ ਵਿੱਚੋਂ ਨਾ ਕੁਝ ਫੌਜ ਮਹਾਰਾਜ ਨੇ ਭਰਤੀ ਕਰ ਲਈ ਸੀ ਪੈਸੇ ਦੇ ਕੇ ਵੀ ਤੁਹਾਨੂੰ ਇੰਨੀ ਤਨਖਾਹ ਦੇਵਾਂਗੇ, ਤੁਸੀਂ ਸਾਡੀ ਫੌਜ ਵਿੱਚ ਭਰਤੀ ਹੋ ਜਾਓ। ਅਤੇ ਉਹ ਬਰਾੜ ਸਨ ਸਾਰੇ। ਮਹਾਰਾਜ ਨੇ ਇੱਕ ਬਰਾੜ ਨੂੰ ਆਪਣੇ ਕੋਲ ਵੇਖਿਆ, ਜਿਹੜਾ ਬਰਾੜਾਂ ਦਾ ਸਰਦਾਰ ਸੀ ਨਾ, ਉਹਨੂੰ ਕੋਲ ਵੇਖ ਕੇ ਮਹਾਰਾਜ ਕਹਿਣ ਲੱਗੇ ਹਨ। ਕਹਾਂ ਗ੍ਰਾਮ ਕੋ ਨਾਮ ਬਖਾਨੋ, ਮਹਾਰਾਜ ਕਹਿੰਦੇ ਇਹ ਕੀ ਨਾਮ ਹੈ ਭਾਈ, ਇਹ ਪਿੰਡ ਦਾ ਨਿੱਕਾ ਜਿਹਾ ਪਿੰਡ, ਝੁੱਗੀਆਂ ਬਣੀਆਂ, ਪਿੰਡ ਦਾ ਨਾਮ ਕੀ ਹੈ ਸਾਨੂੰ ਦੱਸਣਾ ਕਰੋ। ਤੁਮ ਇਤ ਰਹੋ ਭੇਦ ਸਭ ਜਾਣੋ, ਤੁਸੀਂ ਇੱਥੇ ਰਹਿੰਦੇ ਹੋ ਤੁਹਾਨੂੰ ਪਤਾ, ਦੱਸੋ ਵੀ ਇਹ ਪਿੰਡ ਕਿਹੜਾ, ਤੁਸੀਂ ਇਸ ਇਲਾਕੇ ਦੇ ਹੋ। ਤਾਂ ਬੈਰਾੜ ਕਹਿਓ ਕੀ ਗ੍ਰਾਮ, ਉਹ ਜਿਹੜਾ ਬੈਰਾੜ ਸੀ ਨਾ ਉਹਨੇ ਹੱਥ ਜੋੜ ਕੇ ਆਖਿਆ, ਕਹਿਣ ਲੱਗਾ ਮਹਾਰਾਜ ਕਿਹੜੇ ਪਿੰਡ ਦੀ ਗੱਲ ਕਰਦੇ। ਅਤੇ ਸਤਿਗੁਰਾਂ ਨੇ ਹੱਥ ਨਾਲ ਇਸ਼ਾਰਾ ਕੀਤਾ ਵੀ ਉਹ ਵੇਖ ਪੰਜ ਸੱਤ ਝੁੱਗੀਆਂ ਘਰ ਬਣੇ ਹੋਏ। ਜਦੋਂ ਬਰਾੜ ਨੇ ਵੇਖਿਆ ਨਾ ਉਹ ਝੁੱਗੀਆਂ ਵੱਲ ਤੇ ਉਹ ਕਹਿਣ ਲੱਗਾ ਹੈ, ਚਾਰ ਕੁ ਝੁੱਗੀ ਕੇ ਬਸ ਧਾਮੋ, ਮਹਾਰਾਜ ਕੀ ਤੁਸੀਂ ਗੱਲਾਂ ਕਰਦੇ, ਚਾਰ ਕੁ ਝੁੱਗੀਆਂ, ਇਹਨਾਂ ਦਾ ਨਾਂ ਹੁਣ ਮੈਨੂੰ ਥੋੜ੍ਹੀ ਪਤਾ ਵੀ ਇਹ ਕੀ ਨਾਂ, ਝੁੱਗੀਆਂ ਦਾ ਵੀ ਕਦੇ ਕੋਈ ਨਾਮ ਹੋਇਆ, ਚਾਰ ਕੁ ਝੁੱਗੀਆਂ ਹੀ ਮਹਾਰਾਜ ਦਿਖਾਈ ਦਿੰਦੀਆਂ, ਕੀ ਇਹਨਾਂ ਦਾ ਨਾਮ ਕਿਸੇ ਨੇ ਰੱਖਣਾ ਤੇ ਕੀ ਮੈਂ ਤੁਹਾਨੂੰ ਨਾਮ ਦੱਸਣਾ ਕਰਾਂ। ਕਹਾਂ ਨਾਮ ਇਸ ਕੋ ਕੁਛ ਹੋਏ, ਮਹਾਰਾਜ ਇਹਦਾ ਕੀ ਨਾਂ ਹੋ ਸਕਦਾ, ਇਹਦਾ ਕੀ ਨਾਂ ਕਵਾਂਗੇ, ਚਾਰ ਝੁੱਗੀਆਂ ਇੱਥੇ ਪਈਆਂ, ਚਾਰ ਉੱਥੇ ਕੋ ਬਣ ਜਾਣਗੀਆਂ, ਇਹਨਾਂ ਝੁੱਗੀਆਂ ਦਾ ਨਾਮ ਮੈਂ ਤੁਹਾਨੂੰ ਕੀ ਦੱਸਾਂ, ਮੈਨੂੰ ਪਤਾ ਨਹੀਂ ਹੈ। ਉਹ ਸੁਣ ਕਹਾਂ ਬਖਾਨਾ ਕੋਈ, ਮਹਾਰਾਜ ਕੌਣ ਸੁਣੇ, ਕਿਹਨੂੰ ਪੁੱਛੀਏ, ਝੁੱਗੀਆਂ ਵਾਲੇ ਨੂੰ ਪੁੱਛੀਏ ਵੀ ਤੁਹਾਡੀਆਂ ਝੁੱਗੀਆਂ ਦਾ ਨਾਮ ਕੀ ਹੈ, ਤੇ ਉਹਨਾਂ ਨੇ ਕਹਿਣਾ ਵੀ ਸਾਨੂੰ ਆਪ ਨਹੀਂ ਪਤਾ। ਮਹਾਰਾਜ ਇਹਨਾਂ ਝੁੱਗੀਆਂ ਦੇ ਨਾਮ ਨੂੰ ਕੌਣ ਜਾਣਦਾ ਤੇ ਕੌਣ ਦੱਸਣਾ ਕਰੇ। ਸ੍ਰੀ ਮੁਖ ਕਹਿਓ ਨਾ ਕਹੋ ਇਸਰੀ, ਮਹਾਰਾਜ ਕਹਿੰਦੇ ਨਾ ਭਾਈ ਬਰਾੜ ਇੱਦਾਂ ਨਾ ਕਹਿ, ਇਵੇਂ ਨਾ ਕਹਿ ਵੀ ਇਹ ਚਾਰ ਕੁ ਝੁੱਗੀਆਂ ਦੇ ਇੱਥੇ ਮਹਾਰਾਜ ਕਹਿੰਦੇ ਰਹਿਣਾ ਤੇ ਇਹਦਾ ਨਾਂ ਕੀ ਹੈ, ਨਹੀਂ ਇਹ ਬਚਨ ਨਹੀਂ ਕਹਿਣਾ ਹੈ। ਤੇ ਬਰਾੜ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਵੀ ਕਿਉਂ ਨਹੀਂ ਕਹਿਣਾ, ਤੇ ਪਾਤਸ਼ਾਹ ਆਖਦੇ ਹਨ ਕਿਤਕ ਸਮਾਂ ਜਬ ਹੋਏ ਬਤੀਤ, ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਥੋੜਾ ਜਿਹਾ ਸਮਾਂ ਬਤੀਤ ਹੋ ਲੈਂਦੇ, ਥੋੜਾ ਜਿਹਾ ਸਮਾਂ ਅੱਗੇ ਹੋਰ ਜਾ ਲੈਂਦੇ। ਤੇ ਬਰਾੜ ਜੱਟ ਨੇ ਪੁੱਛਿਆ ਮਹਾਰਾਜ ਫਿਰ ਕੀ ਹੋਵੇਗਾ, ਤੇ ਮਹਾਰਾਜ ਕਹਿਣ ਲੱਗੇ ਹਨ ਵਸਹਿ ਗ੍ਰਾਮ ਦੀਰਗ ਇਸ ਥਾਂ, ਇੱਥੇ ਇੱਕ ਬੜਾ ਵੱਡਾ ਪਿੰਡ ਵਸੇਗਾ। ਤੂੰ ਜਿਹਨੂੰ ਚਾਰ ਝੁੱਗੀਆਂ ਹੀ ਦੱਸਦਾ ਪਿਆ ਨਾ ਵੀ ਨਿੱਕੀਆਂ ਜਿਹੀਆਂ ਝੁੱਗੀਆਂ, ਮਹਾਰਾਜ ਕੋਈ ਪਿੰਡ ਥੋੜ੍ਹੀ ਹੈ। ਕਹਿੰਦੇ ਸਮਾਂ ਆਵੇਗਾ ਇੱਥੇ ਇੱਕ ਬੜਾ ਵੱਡਾ ਪਿੰਡ ਵਸੇਗਾ, ਬੜੀ ਆਬਾਦੀ ਵਾਲਾ ਸੰਘਣਾ ਪਿੰਡ ਹੋਣਾ ਹੈ। ਉਪਜਹਿ ਸਿੰਘ ਸੋ ਵੀਰ ਮਹਾਨ, ਇੱਥੇ ਬੜੇ ਬੜੇ ਸੂਰਮੇ, ਜਿਹੜੇ ਸੂਰਮੇ ਮਹਾਨ ਸੂਰਮੇ ਇੱਥੇ ਪੈਦਾ ਹੋਣਗੇ ਇਸ ਪਿੰਡ ਦੇ ਵਿੱਚ।
ਤੇ ਬੜੇ ਨਾਮ ਉਹਨਾਂ ਦੇ ਦੂਰ ਤੱਕ ਹੋਣਗੇ। ਪਾਤਸ਼ਾਹ ਉਸ ਵੇਲੇ ਬਚਨ ਬਖਸ਼ਦੇ ਪਏ। ਗੁਰਮੁਖੋ ਇਸ ਤਰ੍ਹਾਂ ਇਹ ਮਹਾਰਾਜ ਸਾਹਿਬ ਜੀ ਮੁਕਤਸਰ ਸਾਹਿਬ ਨੂੰ ਜਾਂਦੇ ਪਏ, ਜਿੱਥੇ ਜਾ ਕੇ ਮਹਾਰਾਜ ਨੇ ਜੰਗ ਕੀਤਾ ਅਤੇ ਮੁਕਤਸਰ ਦੀ ਧਰਤੀ ਨੂੰ 40 ਮੁਕਤਿਆਂ ਦਾ ਵਰ, ਜਿਹੜਾ ਕੱਲ੍ਹ ਨੂੰ ਮਾਘੀ ਸੰਗਤਾਂ ਮਨਾਉਣਗੀਆਂ, ਉਹ ਦਿਹਾੜਾ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਸਮੇਂ ਦੀ ਸਮਾਪਤੀ ਭੁੱਲਾਂ ਦੀ ਮੁਆਫ਼ੀ ਲਿਖੈ ਕਤਹਿ ਨਾ ਛੁੱਟੀ ਹੈ, ਬਖਸ਼ਣ ਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ। ਸਾਧ ਸੰਗਤ ਜੀ, ਬੇਨਤੀ ਹੈ ਕਿ ਕੱਲ੍ਹ ਨੂੰ ਮਾਘ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ, ਮਾਘੀ ਦਾ